ਗੁਰੂ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਫਿਰ ਆਪ ਜੀ ਦੀ ਅਤੇ ਸਤਿਗੁਰਾਂ ਦੀ ਕਿਰਪਾ ਨਾਲ ਬੇਗਮਪੁਰਾ ਪਰਿਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਤੇ ਸਾਧ ਸੰਗਤ ਜੀ, 36 ਮਹਾਂਪੁਰਸ਼ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਦੁਨੀਆ ਦੇ ਭਲੇ ਲਈ ਥਾਂ ਥਾਂ ਜਾ ਕੇ ਜਿਹੜੇ ਹੈਗੇ ਆ ਉਹਨਾਂ ਲੋਕਾਂ ਨੂੰ ਉਪਦੇਸ਼ ਦਿੱਤਾ, ਬਾਣੀ ਰਚੀ, ਅਤੇ ਸਾਡੇ ਵਾਸਤੇ ਵੀ ਜੋ ਹੈਗਾ ਜੋ ਬਾਣੀ ਦਾ ਭੰਡਾਰ ਜਿਹੜੇ ਹੈਗੇ ਆ ਖਜ਼ਾਨਾ ਦੇ ਗਏ ਹਨ। ਹਰ ਇੱਕ ਇਨਸਾਨ ਇਸ ਨੂੰ ਪੜ੍ਹ ਕੇ ਸੁਣ ਕੇ ਅਤੇ ਚੱਲ ਕੇ ਆਪਣੇ ਜੀਵਨ ਦਾ ਸੁਧਾਰ ਕਰ ਸਕਦਾ ਹੈ, ਕਿਉਂਕਿ ਕਹਿੰਦੇ ਹਨ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਸੋ ਕਿਉਂਕਿ ਬਾਣੀ ਆਪਾਂ ਨੂੰ ਸਾਰੇ ਸਮਝਾਉਂਦੀ ਹੈ ਕਿ ਆਪਾਂ ਸਾਰੇ ਹੀ ਇੱਕ ਪ੍ਰਭੂ ਦੇ ਬੱਚੇ ਹਾਂ, ਪ੍ਰਭੂ ਪਰਮਾਤਮਾ ਹੀ ਪਿਆਰ ਹੈ, ਸੱਚਾਈ ਹੈ, ਨਿਆਏ ਹੈ, ਪ੍ਰਭ ਦਾ ਇੱਕੋ ਹੀ ਕਾਨੂੰਨ ਹੈ ਹਰ ਪਾਸੇ, ਅਤੇ ਆਪਣਾ ਵੀ ਫਰਜ਼ ਬਣਦਾ ਹੈਗਾ ਕਿ ਉਹਦੇ ਕਾਨੂੰਨ ਨੂੰ ਆਪਾਂ ਜਾਣੀਏ ਅਤੇ ਉਹਦੀ ਰਜ਼ਾ ਵਿੱਚ ਰਹੀਏ। ਜੇ ਆਪਾਂ ਫਿਰ ਇਹ ਕਾਨੂੰਨ ਮੰਨਾਂਗੇ ਅਤੇ ਆਪਾਂ ਦੇ ਵਿੱਚ ਕਿ ਜਿਹੜਾ ਸ਼ੱਕ, ਚਿੰਤਾ, ਗੁੱਸਾ, ਲਾਲਚ, ਨਫ਼ਰਤ ਇਹ ਜਿਹੜੇ ਹੈਗੇ ਆ ਦੂਰ ਹੋ ਜਾਊਗੇ। ਅਤੇ ਕਹਿੰਦੇ ਪ੍ਰਭ ਦੀ ਕੋਰਟ ਦੇ ਵਿੱਚ ਕੋਈ ਵੀ ਉੱਚਾ ਨੀਵਾਂ ਨਹੀਂ ਹੈਗਾ, ਨਾ ਕੋਈ ਗਰੀਬ ਹੈਗਾ, ਨਾ ਅਮੀਰ ਹੈਗਾ। ਅਤੇ ਜਿਹੜਾ ਵੀ ਇਹਨਾਂ ਚੀਜ਼ਾਂ 'ਤੇ ਕਹਿੰਦੇ ਹਨਗੇ ਚੱਲੂਗਾ ਜਾਂ ਕੋਈ ਜਿਹੜੇ ਹੈਗੇ ਆ ਉਹ 'ਤੇ ਪ੍ਰਭੂ ਪਰਮਾਤਮਾ ਦੀ ਕਿਰਪਾ ਹੋ ਗਈ। ਆਪਾਂ ਨੂੰ ਜਿੱਦਾਂ ਕਹਿੰਦੇ ਹਨ ਕਿ ਹਰ ਇੱਕ ਸੋਗ ਜਾ ਕੇ ਨਹੀਂ ਬੈਰੀ ਮੀ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਮੁੱਖ ਤਾਂ ਹੈ ਤਾਂ ਜਾਨ। ਸੋ ਪ੍ਰਭੂ ਪਰਮਾਤਮਾ ਦੀ ਜਿਹੜੀ ਹੈ ਕਿਰਪਾ ਉਹਨਾਂ 'ਤੇ ਹੋਊਗੀ ਜਿਹੜੀ ਹੈਗੀ ਆ। ਸੋ ਸਾਰਿਆਂ ਨੂੰ ਜਿਹੜੇ ਆਪਾਂ ਹੈਗਾ ਇੱਕੋ ਨਿਗਾਹ ਨਾਲ ਦੇਖਣਾ ਹੈਗਾ ਕੋਈ ਵੀ ਹੈਗਾ। ਸੋ ਪ੍ਰਭੂ ਪਰਮਾਤਮਾ ਅੱਗੇ ਵੀ ਇਹੀ ਬੇਨਤੀ ਕਰਦੇ ਹਾਂ ਜਿਹੜੀ ਸਾਹ ਆਪਾਂ 'ਤੇ ਸਾਰਿਆਂ 'ਤੇ ਮਿਹਰ ਪ੍ਰਾਪਤ ਰੱਖੇ। ਸੋ ਸਾਧ ਸੰਗਤ ਜੀ ਜੋ ਵੀ ਹੈਗੇ ਉਹਨਾਂ ਦੀ ਸਤਿਗੁਰਾਂ ਦੀ ਬਾਣੀ ਹੈਗੀ ਆਪਾਂ ਉਹਦੇ ਵਿੱਚੋਂ ਜਿਹੜਾ ਪ੍ਰਚਾਰ ਕਰ ਰਹੇ ਹੈਗੇ ਬੇਗਮਪੁਰੀ ਦਾ ਪਰਿਵਾਰ ਜਿਹੜਾ ਹੈਗਾ। ਸੋ ਇਹਦੇ ਵਿੱਚ ਜਿਹੜੀ ਹੈਗੀ ਆ ਅਤੇ ਆਪਾਂ ਨੂੰ ਕਈ ਵਾਰੀ ਹੋ ਗਿਆ ਗਲਤੀਆਂ ਵੀ ਹੋ ਜਾਂਦੀਆਂ ਹੈਗੀਆਂ ਜਿੱਦਾਂ ਹਮੇਸ਼ਾ ਹੀ, ਅਤੇ ਸਾਧ ਸੰਗਤ ਬਖਸ਼ਣਯੋਗ ਹੈਗਾ। ਸੋ ਮੈਂ ਆਪ ਜੀ ਤੋਂ ਆਗਿਆ ਲਾ ਕੇ ਜਿੱਦਾਂ ਹੈਗਾ ਅਤੇ ਇਹ ਆਪਣੀ ਬਾਣੀ ਵੱਲ ਵੱਧਣਾ ਹੈਗਾ। ਇਹ ਹੈਗਾ ਰਾਗ ਮਾਰੂ ਹੈਗਾ ਚੌਪ ਦਾ, ਇਹ ਸ਼ਬਦ ਜਿਹੜਾ ਹੈਗਾ 87ਵੇਂ ਅੰਮ੍ਰਿਤ ਬਾਣੀ 'ਚੋਂ ਆ। ਕਹਿੰਦੇ ਹਨ ਕਿ ਪੀਆ ਰਾਮ ਰਸ ਪੀਆ ਰੇ ਟੇਕ, ਭਰ ਭਰ ਦੇਵੇ ਸੁਰਤ ਕਲਾਲੀ, ਦਰੀਆ ਦਰੀਆ ਪੀਨਾ ਰੇ, ਪੀਵਤ ਪੀਵਤ ਆਪਾ ਆਪਾ ਜਗ ਭੂਲਾ, ਹਰ ਰਸ ਮਾਹੇ ਬਰਾਨਾ ਰੇ, ਦਰ ਘਰ ਬਿਸਰ ਗਿਓ ਦਰਬਾਰ ਰਵਦਾਸਾ, ਉਨਮਨ ਸਦ ਮਤਵਾਰੀ ਰੇ, ਪਲ ਪਲ ਪ੍ਰੇਮ ਪਿਆਲਾ ਚਾਲੇ, ਛੂਟੇ ਨਾਹੀਂ ਕੁਮਾਰੀ ਰੇ, ਦਰ ਘਰ ਬਿਸਰ ਗਿਓ ਰਵਦਾਸਾ, ਉਨਮਨ ਸਦ ਮਤਵਾਰੀ ਰੇ, ਪਲ ਪਲ ਪ੍ਰੇਮ ਪਿਆਲਾ ਚਾਲੇ, ਛੂਟੇ ਨਾਹੀਂ ਕੁਮਾਰੀ ਰੇ। ਸ਼ਬਦ ਵਿੱਚ ਇਹ ਸੰਤ ਆਪਣੇ ਜੀਵਾਂ ਨੂੰ ਜੇ ਕਹਿੰਦੇ ਹਨ ਜਿਹੜੀ ਪ੍ਰਭੂ ਪਰਮਾਤਮਾ ਦਾ ਹੈਗਾ ਇਹ ਰੂਪ, ਕਹਿੰਦੇ ਕਲਾਲੀ ਰੂਪ ਜਿੱਦਾਂ ਹੈਗਾ ਇਹਦਾ ਕਹਿੰਦੇ ਪਾਸ ਜਾ ਕੇ ਕਹਿੰਦੇ ਹਨ ਕਿ ਅੰਮ੍ਰਿਤ ਪੀਣ ਦਾ ਉਪਦੇਸ਼ ਦਿੰਦੇ ਹਨ। ਅਤੇ ਕਹਿੰਦੇ ਹਨ ਕਿ ਆਪਾਂ ਜਿਹੜਾ ਹੈਗਾ ਉਹਦਾ ਇਹ ਅੰਮ੍ਰਿਤ ਪੀਣ ਨੇ ਕਹਿੰਦੇ ਹਨ ਆਪਣਾ ਸਹਿਜਵਾਦ ਪਹੁੰਚ ਕੇ ਜਿਹੜੀ ਹੈਗੀ ਆ ਅਤੇ ਆਪਾਂ ਪ੍ਰਭੂ ਪਰਮਾਤਮਾ ਨਾਮ ਦੀ ਖੁਮਾਰੀ ਦੇ ਵਿੱਚ ਮਗਨ ਹੋ ਜਾਈਏ ਅਤੇ ਉਹਦਾ ਇਹ ਨਾਮ ਜਿਹੜਾ ਹੈਗਾ ਉਹ ਜਪੀਏ ਹਮੇਸ਼ਾ ਹੀ, ਅਤੇ ਹਰ ਕੋ ਨਾਮ ਸਦਾ ਸੁਖਦਾਈ ਜਿਹੜੇ ਹੈਗੇ ਆ, ਕਿਉਂਕਿ ਪ੍ਰਭੂ ਪਰਮਾਤਮਾ ਦਾ ਨਾਮ ਹੀ ਹੈਗਾ ਇਹ ਹਮੇਸ਼ਾ ਹੀ ਜਿਹੜਾ ਹੈਗਾ ਸੁੱਖਾਂ ਸੁਖਦਾਈ ਹੈਗਾ, ਸੁੱਖਾਂ ਭਰਿਆ ਹੈਗਾ। ਹਰ ਕੇ ਨਾਮ ਵੀ ਝੂਠੇ ਸਗਲ ਪਸਾਰੇ, ਹਰ ਸੋ ਹੀਰਾ ਛੱਡ ਕੇ ਕਰੇ ਆਣ ਕੀ ਆਸ, ਤੇ ਨਾਲ ਲੋਚ ਕੇ ਜਾਏਂਗੇ ਸਤਿ ਪਾਖੇ ਰਵਦਾਸ। ਸੋ ਪ੍ਰਭੂ ਪਰਮਾਤਮਾ ਦਾ ਨਾਮ ਹੀ ਹੈਗਾ ਜਿਹੜਾ ਹੈਗਾ
ਅਤੇ ਇਹਦੇ ਨਾਲ ਹੀ ਜਿਹੜਾ ਹੈਗਾ ਤਾਂ ਆਪਾਂ ਜਿਹੜਾ ਪਰ ਤਾਰਾ ਹੋਣਾ ਹੈਗਾ ਅਤੇ ਜਿਹੜਾ ਇਹਦੇ ਵਿੱਚ ਹੈਗਾ ਹਮੇਸ਼ਾ ਹੀ ਆਪਾਂ ਨੂੰ ਉਹਦਾ ਨਾਮ ਦਾ ਜਿਹੜਾ ਹੈਗਾ ਜਾਪ ਕਰਨਾ ਚਾਹੀਦਾ ਹੈਗਾ। ਸੋ ਇਹ ਜਿਹੜੀ ਆਪਾਂ ਨੂੰ ਜਿਹੜੀ ਹੈ ਕਾਮ ਕ੍ਰੋਧ ਲੋਭ ਮੋਹਕਾਰ ਤੋਂ ਬਚਾਊਗਾ ਜਿੱਦਾਂ ਹੈਗਾ। ਅਤੇ ਜੇ ਆਪਾਂ ਸਾਰਿਆਂ ਨੂੰ ਇਹ ਅਤੇ ਇੱਕੋ ਜਿਹਾ ਸਮਝਣ ਦੀ ਵੀ ਆਪਾਂ ਨੂੰ ਜਿਹੜੇ ਹੈਗੇ ਸਮਝਾਉਣਾ ਕਰਦੇ ਹਨ ਕਿ ਵੈਸੇ ਆਪਾਂ ਸਾਰਿਆਂ ਨੂੰ ਜਿੱਦਾਂ ਹੈਗਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਪੀਵਾਂਗੇ ਅਤੇ ਆਪਾਂ ਦੇ ਵਿੱਚ ਜਿਹੜੀ ਹੈਗੀ ਨਿਮਰਤਾ ਆਊਗੀ ਜਿਹੜੀ ਹੈਗੀ ਆ। ਅਤੇ ਜਿੱਦਾਂ ਆਉਂਦੇ ਹਨ ਕਿ ਪੀਆ ਰਾਮ ਰਸ ਪੀਆ ਰੇ ਟੇਕ, ਕਹਿੰਦੇ ਹਨ ਕਿ ਜਿਹਨੇ ਵੀ ਹੈਗਾ ਨਾਮ ਦਾ ਰਸ ਪੀ ਲਿਆ ਹੈਗਾ, ਭਰ ਭਰ ਦੇਵੇ ਸੁੱਤ ਕਲਾਲੀ ਦਰੀਆ ਦਰੀਆ ਪੀਨਾ ਰਹੇ, ਪੀਵਤ ਪੀਵਤ ਆਪਾ ਜਗ ਪੂਲਾ ਹਰ ਰਸ ਮੈਂ ਬਰਾਨਾ ਹੈ। ਕਹਿੰਦੇ ਜਦੋਂ ਫਿਰ ਨਾਮ ਕਹਿੰਦੇ ਹੈਗੇ ਆਪਣੇ ਕਲਾਲੀ ਹੈਗੇ ਗੁਰੂ ਕਲਾਲੀ ਕਹਿੰਦੇ ਦਸਵੇਂ ਦੁਆਰ ਕਹਿੰਦੇ ਹੈਗੇ ਭਰ ਭਰ ਆਪਾਂ ਪੀਂਦੇ ਹੈ ਪ੍ਰਭੂ ਪਰਮਾਤਮਾ ਦੇ ਨਾਮ ਦਾ ਪਿਆਲਾ ਜਿਹੜੇ ਹੈਗੇ ਆ, ਅਤੇ ਉਹਦੇ ਕਹਿੰਦੇ ਪੀ ਕੇ ਜਿਹੜਾ ਹੈਗਾ ਅਸੀਂ ਨਾ ਕਹਿੰਦੇ ਹੈਗੇ ਆ ਬਾਕੀ ਆਪਾਂ ਨੂੰ ਫਿਰ ਹੋਰ ਚੀਜ਼ਾਂ ਜਿਹੜੀਆਂ ਭੁੱਲ ਜਾਂਦੀਆਂ ਹੈਗੀਆਂ। ਜਿੱਦਾਂ ਵੀ ਕਹਿੰਦੇ ਹੈ ਆਨੰਦ ਪਏ ਮੇਰੀ ਮਾਏ ਸਤਿਗੁਰੂ ਨੂੰ ਪਾਇਆ, ਅਤੇ ਜਿਹੜਾ ਫਿਰ ਆਨੰਦ ਮਿਲਦਾ ਹੈਗਾ ਸਤਿਗੁਰੂ ਦੇ ਪ੍ਰਭੂ ਪਰਮਾਤਮਾ ਉਹ ਜਿਹੜੇ ਕਹਿੰਦੇ ਹੈਗੇ ਆ ਉਹਦੇ ਵਿੱਚ ਆਪਾਂ ਜਦੋਂ ਮਗਨ ਹੋ ਜਾਂਦੇ ਹੈਗੇ ਆ। ਸੋ ਉਹੀ ਜਿਹੜਾ ਅਸਲੀ ਆਨੰਦ ਹੈਗਾ ਉਹ ਜਿਹੜੀ ਜਿਹਨੇ ਪਾ ਲਿਆ ਹੈਗਾ ਉਹੀ ਉਹਨਾਂ ਨੂੰ ਪਤਾ ਹੈਗਾ, ਹੋਰ ਕੋਈ ਆਪਾਂ ਨਹੀਂ ਗਏ ਹੈਗੇ ਜਾਣ ਸਕਦੇ ਹੈਗੇ ਆ। ਅਤੇ ਉਹਨੂੰ ਜਿਹੜੇ ਬਾਕੀ ਦੀਆਂ ਚੀਜ਼ਾਂ ਹੋਰ ਉਹ ਸਾਰੀਆਂ ਭੁੱਲ ਜਾਂਦੀਆਂ, ਸਿਰਫ ਉਹਨੂੰ ਪ੍ਰਭੂ ਪਰਮਾਤਮਾ ਦਾ ਨਾਮ ਹੀ ਚੇਤੇ ਹੈਗਾ। ਦਰ ਘਰ ਵਿਸਰ ਗਏ ਔਰ ਬਦਾਸਾ ਉਨਮਨ ਸਤਮਤ ਮਾਰੀ ਦੇ, ਪਲ ਪਲ ਪ੍ਰੇਮ ਪਿਆਲਾ ਚਾਲੇ ਛੂਟੇ ਨਾ ਹੀ ਖੁਮਾਰੀ ਦੇ। ਸਤਿਗੁਰੂ ਰੁਦਾਇ ਫਰਮਾਉਂਦੇ ਹਨ ਕਹਿੰਦੇ ਇਹ ਜਿਹੜਾ ਸਰੀਰ ਹੈਗਾ ਆਪਣੀ ਕਹਿੰਦੇ ਇਹ ਇਹਦੇ ਵਿੱਚ ਆਪਾਂ ਨੂੰ ਹੁਣ ਭੁਲਾ ਕੇ ਜਿਹੜੀ ਹੈਗੀ ਤੂਰੀ ਵਿਸਤਾ ਪਹੁੰਚ ਕੇ ਹੈ ਮਤਵਾਲਾ ਹੋ ਜਾਂਦੀ, ਅੰਦਰੋਂ ਜਿਹੜੇ ਹੈਗੀ ਆਪਣੀ ਆ ਬਾਹਰੋਂ ਤਾਂ ਆਪਾਂ ਹੋਰ ਦੇਖਣ ਦੇਸ ਨੂੰ ਹੈਗਾ ਪਰ ਅੰਦਰੇ ਹੈਗੀ ਆ ਅਵਸਥਾ ਜਿਹੜੀ ਹੈਗੀ ਆ ਇਹ ਕਹਿੰਦੇ ਬਹੁਤ ਜਿਹੜੀ ਹੈ ਆਪਣੀ ਤੁਰੀ ਅਵਸਥਾ ਜਿਹੜੀ ਹੈਗੀ ਆ ਉਹਦੇ ਵਿੱਚ ਫਿਰ ਪਹੁੰਚ ਕੇ ਤਾਂ ਮਤਵਾਲਾ ਹੋ ਜਾਂਦਾ ਹੈਗਾ ਅਤੇ ਦਸਵੇਂ ਦੁਆਰ 'ਚ ਪਹੁੰਚ ਜਾਂਦਾ ਹੈਗਾ। ਅਤੇ ਜਿਸਦੇ ਕਹਿੰਦੇ ਹੈ ਕਿ ਉਹ ਜਿਹੜਾ ਨਸ਼ਾ ਵੀ ਉੱਥੇ ਪਹੁੰਚਿਆ ਉਹਨੂੰ ਹੈਗਾ ਉਹ ਕਦੇ ਵੀ ਜਿਹੜਾ ਹੈਗਾ ਉਤਰਦਾ ਨਹੀਂਗਾ ਹੈਗਾ, ਅਤੇ ਨਾਮ ਦਾ ਪਿਆਲਾ ਜਿਹਨੇ ਪੀ ਲਿਆ ਹੈਗਾ ਅਤੇ ਉਹ ਹੀ ਕਹਿੰਦੇ ਹੈਗੇ ਚੜ੍ਹ ਗਏ ਹੈਗੇ ਆ। ਸੋ ਜਿਹੜੇ ਨਾਮ ਦਾ ਪਿਆਲਾ ਜਿਹੜਾ ਹੈਗਾ ਉਹ ਪੀਆ ਹੈਗਾ ਅਤੇ ਫਰਮਾਉਂਦੇ ਹਨ ਕਿ ਮੈਂ ਹੁਣ ਪੀ ਲਿਆ ਹੈਗਾ ਦਿੰਦੇ ਹੈਗਾ ਅਤੇ ਮੇਰੀ ਹੈਗੇ ਆਪ ਵੀ ਜਿਹੜੇ ਕਹਿੰਦੇ ਹਨ ਕਿ ਆਪਾਂ ਨੂੰ ਵੀ ਹੈਗਾ ਅਤੇ ਇੱਦਾਂ ਦਾ ਜਿਹੜਾ ਪ੍ਰੇਮ ਪਿਆਲਾ ਪੀਓ ਜਿਹਨੇ ਹਨੇ ਅਤੇ ਉਹਦੇ ਕਹਿੰਦੇ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਨਰਾਜ ਜਿਹੜੀ ਹੈਗੀ ਇਹ ਅਤੇ ਜਿਹੜੇ ਨਾਮ ਦੀ ਹੈਗੀ ਖੁਮਾਰੀ ਇਹ ਚੜ੍ਹੀ ਹੈਗੀ ਉਹਨਾਂ ਨੂੰ ਇਹਦੇ ਨਾਲ ਹੀ ਹੈਗਾ ਕਿਸਮ ਦਾ ਜਿਹੜਾ ਹੈਗਾ ਅਤੇ ਨਾਮ ਦੀ ਖੁਮਾਰੀ ਜਿਹੜੀ ਆ ਉਹ ਜੇ ਹਮੇਸ਼ਾ ਹੀ ਇਨਸਾਨ ਨੂੰ ਚੜ੍ਹੀ ਰਹਿਣੀ ਚਾਹੀਦੀ ਹੈਗੀ ਆ। ਸੋ ਮਹਾਂਪੁਰਸ਼ਾਂ ਨੇ ਇਹ ਜਿਹੜੀ ਹੈਗੀ ਉਹ ਦੇ ਨਾਮ ਦਾ ਹੀ ਹੈਗਾ ਪਿਆਲਾ ਜਿਹੜਾ ਪੀਤਾ ਹੈਗਾ ਇੱਦਾਂ ਅਤੇ ਜਿੱਦਾਂ ਹੈਗਾ ਕੋਈ ਵੀ ਹੈਗਾ ਇੱਥੇ ਜਿਹੜੀ ਹੈਗੀ ਆ ਅਤੇ ਇਸ ਅਵਸਥਾ ਵਿੱਚ ਪਹੁੰਚ ਕੇ ਜਿਹੜਾ ਆਨੰਦ ਮਾਣ ਸਕਦਾ ਹੈਗਾ ਅਤੇ ਬਾਕੀ ਜਿਹੜਾ ਹੈ ਮਿਹਨਤ ਜਿਹੜੀ ਹਰ ਇੱਕ ਹੈਗੀ ਆ ਬੰਦੇ ਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈਗੀ ਆ ਫਿਰ ਹੀ ਜਿੰਦੇ ਕਹਿੰਦੇ ਹੈਗੇ ਆਪਾਂ ਸਹੀ ਰਸਤੇ 'ਤੇ ਤੁਰਾਂਗੇ ਅਤੇ ਤਾਂ ਹੀ ਜਿਹੜੇ ਆਪਾਂ ਮੰਜ਼ਿਲ 'ਤੇ ਪਹੁੰਚ ਸਕਦੇ ਹੈਗੇ ਹਾਂ ਅਤੇ ਨਹੀਂ ਤਾਂ ਹੈਗਾ ਔਕੜਾਂ ਹਮੇਸ਼ਾ ਹੀ ਬਹੁਤ ਆਉਂਦੀਆਂ ਹਨ ਜਿੱਦਾਂ ਹੈਗਾ। ਸੋ ਅਗਲਾ ਸ਼ਬਦ ਹੈ 88ਵਾਂ ਕਹਿੰਦੇ ਹਨ ਕਿ ਮਨ ਮੋਇਆ ਮਾਇਆ ਮੇਨ ਲਪਟਾਨੋ ਟੇਕ, ਵਿਸਾਸਕਤ ਰਹੋ ਨਿਸਵਾਸਰ ਅਜੂ ਹਾਂ ਨਾਹੀਂ ਅਗਾਨੋ, ਕਾਮੀ ਕੁਟਲ ਵਾਰ ਕੁਚਾਲੀ ਸਮਝੇ ਨਹੀਂ ਸਮਝਾਨੋ, ਸਤ ਸੰਗਤ ਪਲਨੀ ਖੇਡੀ ਮਨ ਮੂਰਖ ਬਹੁ ਗਰਵਾਨੋ, ਸੋਤ ਖਾਤ ਦਿਨ ਰਹਿਣ ਬਿਤਾਏ ਤਾਹੇ ਮੈਂ ਰਸਨਾ ਸੁਖ ਮਾਨੋ, ਮਾਇਆ ਮੇਂ ਹਿਲ ਮਿਲ ਰਹੋ ਫੋਕਟ ਸਾਡੇ ਜਨਮ ਗਵਾਨੋ, ਕਹਿ ਰਵਿਦਾਸ ਕੋ ਚੇਤ ਬਾਬਰੇ ਰਾਮ ਨਾਮ ਬਿਨ ਨਹੀਂ ਉਮਰਾਨੋ, ਕਹਿ ਰਵਿਦਾਸ ਕੋ ਚੇਤ ਬਾਬਰੇ ਰਾਮ ਨਾਮ ਬਿਨ ਨਹੀਂ ਉਮਰਾਨੋ।
ਇਹ ਸ਼ਬਦ ਵਿੱਚ ਕਹਿੰਦੇ ਆਪਾਂ ਨੂੰ ਜਿਹੜੇ ਕਹਿੰਦੇ ਹੈਗੇ ਸਮਝਾਉਂਦੇ ਆ ਸਤਿਗੁਰ, ਕਿਉਂਕਿ ਉਹਨਾਂ ਦਾ ਸਮਝਾਉਣਾ ਹੀ ਹੈਗਾ, ਉਪਦੇਸ਼ ਹੈਗਾ ਕਿ ਕਹਿੰਦੇ ਆਪਣੇ ਜਿਹੜੇ ਪ੍ਰਭੂ ਪਰਮਾਤਮਾ ਜਿਹੜਾ ਹੈਗਾ ਮਾਇਆ ਤੋਂ ਕਹਿੰਦੇ ਆਪਾਂ ਬਚ ਕੇ ਜਿਹੜਾ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਕੇ ਕਹਿੰਦੇ ਹੈਗੇ ਆ, ਅਤੇ ਉਹਦਾ ਹੈਗਾ ਅਤੇ ਜੇ ਆਪਾਂ ਵੀ ਇਧਰਲੇ ਪਾਸੇ ਮਾਇਆ ਅਤੇ ਜਿਹੜੀ ਝੂਠੀ ਮਾਇਆ ਇਹਨੂੰ ਹੈਗਾ ਇਹ ਤੋਂ ਮੁਕਤੀ ਪਾਉਣੀ ਹੈਗੀ ਆ, ਪ੍ਰਭੂ ਪਰਮਾਤਮਾ ਦਾ ਨਾਮ ਹੀ ਜਿਹੜਾ ਹੈਗਾ ਅਤੇ ਇਹ ਲੈਣਾ ਪੈਣਾ ਹੈਗਾ ਤਾਂ ਨਹੀਂ ਹੈਗਾ। ਨਹੀਂ ਤਾਂ ਕਹਿੰਦੇ ਆਪਾਂ ਇਹ ਮਾਇਆ ਦੇ ਵਿੱਚ ਹੀ ਆਪਾਂ ਨੂੰ ਹੈ ਕਾਮ ਕੋਲ ਲੋਭ ਹੰਕਾਰ ਜਿਹੜੇ ਹੈਗੇ ਆ, ਝੂਠੀ ਮਾਇਆ ਜਿਹੜੀ ਹੈਗੀ ਇਹ ਨਹੀਂ ਆਪਾਂ ਦਾ ਪਿੱਛੇ ਛੱਡਦੇ ਹੈਗੇ ਆ। ਕਹਿੰਦੇ ਹਨ ਕਿ ਮਨ ਮੋਇਆ ਮਾਇਆ ਮੇਂ ਲਪਟਾਨੋ ਟੇਕ, ਕਹਿੰਦੇ ਕਿ ਪ੍ਰਭੂ ਨੂੰ ਭੁੱਲ ਕੇ ਅਸੀਂ ਮਾਇਆ ਦੇ ਵਿੱਚ ਕਹਿੰਦੇ ਲਿਪਟੇ ਹੋਏ ਹੈਗੇ ਹਾਂ। ਵਿਸ਼ਵਾਸ ਘੱਤ ਰਹੇ ਨੇ ਸਵਾਸਰ ਅਜੂ ਹੂੰ ਨਾਹੀਂ ਅਗਾਨੋ, ਕਾਮੀ ਕੁਟਲ ਨਿਵਾਰ ਕੁਚਾਲੀ ਸਮਝੇ ਨਹੀਂ ਸਮਝਾਨੋ। ਕਹਿੰਦੇ ਕਿ ਆਪਾਂ ਜਿਹੜੇ ਹਮੇਸ਼ਾ ਹੀ ਵਿਸ਼ਵਾਸ ਗੁਆ ਰਹੇ ਹੈਗੇ ਆ ਅਤੇ ਕਦੇ ਵੀ ਆਪਾਂ ਨੂੰ ਜਿਹੜੀ ਸਮਝ ਨਹੀਂ ਆਉਂਦੀ। ਚਲੋ ਕਈ ਵਾਰੀ ਕਹਿੰਦੇ ਆਪਾਂ ਚਲੋ ਕੋਈ ਨਹੀਂ ਬਥੇਰਾ ਟਾਈਮ ਹੈਗਾ, ਆਹ ਕਰ ਲਵਾਂਗੇ ਕੱਲ੍ਹ ਕਰ ਲਵਾਂਗੇ, ਅਤੇ ਇਸੇ ਕਰਕੇ ਜਿਹੜੇ ਹੈਗੇ ਆਪਾਂ ਦੇ ਜਿਹੜੇ ਹੈਗੇ ਜਿਹੜੀ ਆਪਣੀ ਸੋਚੀ ਹੈਗੀ ਆ ਇਹ ਕਣੀ ਬਹੁਤ ਹੀ ਹੈਗੇ ਨੀਚ ਅਤੇ ਜਿਹੜੀ ਹੈਗੀ ਹੋਰ ਘਟੀਆ ਕਿਸਮ ਦੀ ਬਣ ਜਾਂਦੀ ਹੈਗੀ ਆ। ਕਿ ਕਹਿੰਦੇ ਹੈਗੇ ਜਦੋਂ ਕਈ ਆਪਾਂ ਜਿਹੜਾ ਮਨ ਹੈਗਾ ਇਹ ਜਦੋਂ ਦੂਸਰੇ ਪਾਸੇ ਜਿਹੜੇ ਹੈਗੇ ਆ ਮਾੜੇ ਕੰਮਾਂ ਵੱਲ ਛੇਤੀ ਚੱਲ ਜਾਂਦਾ ਹੈਗਾ, ਅਤੇ ਜਿਹੜਾ ਇਸ ਕਰਕੇ ਕਿ ਸਮਝਾਉਣ 'ਤੇ ਵੀ ਜਿੱਦਾਂ ਹੈਗਾ ਵੀ ਨਹੀਂ ਸਮਝਦਾ। ਸੋ ਆਪ ਸਮਝੇ ਕਈ ਵਾਰੀ ਦੇਖਿਆ ਹੋਊਗਾ ਆਪਾਂ ਜਿੰਨਾ ਮਾਜੀ ਹੈ ਬਾਣੀ ਦਾ ਵੀ ਕਈ ਪਾਠ ਕਰਨ ਲੱਗਦੇ ਹੈਗੇ ਜਿਹੜਾ ਮਾਣਾ ਜਿਹੜਾ ਹੈਗਾ ਫਿਰ ਵੀ ਜਿਹੜਾ ਇੱਧਰੋਂ ਜਿਹੜਾ ਦੂਸਰੇ ਪਾਸੇ ਚੱਲ ਜਾਂਦਾ ਹੈਗਾ। ਸੋ ਆਪਾਂ ਸਾਰਿਆਂ ਨੇ ਨੋਟਿਸ ਕੀਤਾ ਹੋਊਗਾ ਵੀ ਇਹ ਕਦੀ ਵੀ ਜਿਹੜਾ ਕੰਟਰੋਲ 'ਚ ਨਹੀਂ ਆਉਂਦਾ ਛੇਤੀ ਵੀ ਹੈਗਾ, ਚਾਹੇ ਆਪਾਂ ਜਿੰਨਾ ਮਾਜੀ ਵੀ ਹੈਗਾ ਬਾਣੀ ਪੜ੍ਹਦੇ ਹੋਈਏ ਸੁਣਦੇ ਹੋਈਏ ਜਾਂ ਹੋਰ ਕਿਤੇ ਮਨ ਲਾਉਣ ਦੀ ਕੋਸ਼ਿਸ਼ ਕਰੀਏ ਛੇਤੀ ਕੀਤੇ ਨਹੀਂ ਹੈਗਾ ਵੀ ਇਹ ਲੱਗਦਾ। ਤਾਂ ਹੀ ਕਹਿੰਦੇ ਹਨ ਕਿ ਮਨ ਰੱਬ ਪ੍ਰਭ ਬਸ ਭਗਤਾਂ ਨੇ ਕੀਤਾ ਪਾ ਕੇ ਪ੍ਰੇਮ ਡੋਰੀਆਂ ਹੈਗੀਆਂ। ਸੋ ਜਿਹੜੀ ਉਹਨਾਂ ਦੀ ਇਹ ਵਾਸਤਾ ਹੈਗੀ ਉਹਨੀ ਜਿਹੜੀ ਭਗਤੀ ਕਰਕੇ ਜਿਹੜਾ ਹੈਗਾ ਕਰ ਲਏ ਅਤੇ ਉੱਥੇ ਤਾਂ ਜਿਹੜਾ ਹੈਗਾ ਕੋਈ ਕਿਸੇ ਪਾਪਾਂ ਜਿਹੜਾ ਹੈਗਾ ਉਹਨਾਂ ਨੇ ਦੱਸੇ ਹੋਏ ਰਾਹ 'ਤੇ ਉਹਨਾਂ ਕੋਲ ਆਪਣਾ ਜੀਵਨ ਜਿਹੜਾ ਸੁਧਾਰ ਸਕਦੇ ਹੈਗੇ ਆ। ਤੋ ਸ਼ਾਇਦ ਜਿਹੜੀ ਹੈਗੀ ਆ ਅਤੇ ਉੱਥੇ ਤਾਂ ਪਹੁੰਚਣਾ ਵੀ ਕਹੂ ਬਸ ਨਹੀਂ ਪਰ ਹੈਗਾ ਕੋਈ ਕੋਈ ਜਿਹੜੇ ਮਹਾਂਪੁਰਸ਼ ਹੈਗੇ ਸੰਤ ਮਹਾਂਪੁਰਸ਼ ਕਹਿੰਦੇ ਹਨ ਕਿ ਦੁਨੀਆਂ 'ਤੇ ਹਮੇਸ਼ਾ ਹੀ ਰਹਿੰਦੇ ਹਨ ਅਤੇ ਉਹ ਜਿਹੜੇ ਅਤੇ ਆਪਾਂ ਨੂੰ ਵੀ ਕੋਈ ਜੇ ਚੰਗਾ ਜੇ ਮਹਾਂਪੁਰਸ਼ ਜਿਹੜੇ ਮਿਲ ਜਾਵੇ ਅਤੇ ਹੈਗਾ ਜਿਹੜਾ ਹੈਗਾ ਉਹਦਾ ਆਸ਼ੀਰਵਾਦ ਮਿਲੇ ਅਤੇ ਇਹ ਤਾਂ ਹੀ ਹੋ ਸਕਦਾ ਹੈਗਾ ਜੇ ਆਪਾਂ ਕਹਿੰਦੇ ਇਸ ਪਾਸੇ ਲੱਗਾਂਗੇ ਤਾਂ ਹੀ ਹੈਗਾ। ਅਤੇ ਜੇ ਆਪਾਂ ਨੂੰ ਕਿਉਂਕਿ ਦੂਸਰੇ ਜਿਹੜੇ ਆਪਣੇ ਪੰਜ ਹੋਰ ਹੈਗੇ ਮਗਰ ਲੱਗੇ ਹੈਗੇ ਆ ਇਹ ਆਪਾਂ ਨੂੰ ਉੱਧਰਲੇ ਪਾਸੇ ਲੱਗਣ ਨਹੀਂ ਦਿੰਦੇ ਹੈਗੇ ਆ। ਇਸ ਕਰਕੇ ਕਹਿੰਦੇ ਹਨ ਕਿ ਜਿਹੜੀ ਆਪਾਂ ਫਿਰ ਕੋਈ ਸਤਸੰਗਤ ਪਾਲਣੇ ਕਿੰਨੀ ਮਨ ਮੂਰਖ ਬਹੁ ਗਰਮਾਨੋ, ਸੋਤ ਖਾਤ ਦਿਨ ਰਹਿਣ ਬਿਤਾਏ ਤਾਂ ਹੀ ਮੈਂ ਰਸਨਾ ਸੁਖ ਮਾਨੂੰ। ਕਹਿੰਦੇ ਵੀ ਜਦ ਤਾਂ ਸਤਸੰਗ ਨਹੀਂ ਕੀਤੀ ਹੈਗੀ ਆ ਅਤੇ ਆਪਾਂ ਦੇ ਮਨ ਦੇ ਵਿੱਚ ਹੰਕਾਰ ਰਹਿੰਦਾ ਹੈਗਾ ਅਤੇ ਸੌਣ ਦੇ ਸੌਣ ਵਿੱਚ ਹੀ ਹੈਗਾ ਅਤੇ ਆਪਾਂ ਅਤੇ ਖਾਣ ਪੀਣ ਦੇ ਵਿੱਚ ਜਿਹੜਾ ਆਪਣਾ ਸਮਾਂ ਹੈਗਾ ਬਤੀਤ ਕਰ ਰਹੇ ਹੈਗੇ ਆ। ਜੀਵ ਵੀ ਕਹਿੰਦੇ ਹੈਗੇ ਵੀ ਰੱਜਦੀ ਨਹੀਂ ਮੈਂ ਆਹ ਵੀ ਖਾ ਲਵਾਂ ਆਹ ਵੀ ਕਰ ਲਵਾਂ ਆਹ ਵੀ ਕਰ ਲਵਾਂ ਚਲੋ ਹੁਣ ਸੌਂ ਲਿਆ ਹੈਗਾ ਆਹ ਕਰ ਲਿਆ ਅਤੇ ਜਿੱਦਾਂ ਵੀ ਜੇ ਕੋਈ ਚੀਜ਼ ਮਿਲ ਗਈ ਹੈਗੀ ਤਾਂ ਆਪਾਂ ਨੂੰ ਹੰਕਾਰ ਆ ਜਾਂਦਾ ਹੈਗਾ। ਸੋ ਜਾਂ ਆਪਾਂ ਵੀ ਸਤਸੰਗਤਾਂ ਦੀ ਜਿਹੜੀ ਹੈਗੀ ਆ ਸੱਤ ਮਹਾਂਪੁਰਸ਼ਾਂ ਦੀ ਸੰਗਤ ਨਹੀਂ ਕਰਾਂਗੇ ਅਤੇ ਆਪਾਂ ਨੂੰ ਜਿਹੜਾ ਹੈਗਾ ਇਹ ਇਸ ਪਾਸੇ ਨਹੀਂ ਲੱਗਾਂਗੇ ਅਤੇ ਇਸ ਕਰਕੇ ਜਿਹੜੀ ਹੈਗੀ ਆ ਅਤੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਹੈਗੀ ਸੰਤ ਮਹਾਂਪੁਰਸ਼ਾਂ ਦੀ ਜਿਹੜੀ ਹੈਗੀ ਉਹਨੀ ਜ਼ਿਆਦਾ ਹੈਗਾ ਅਤੇ ਕਹਿੰਦੇ ਹੈਗੇ ਅਤੇ ਸੰਤ ਅਨੰਤ ਅੰਤਰ ਨਾਹੀਂ ਕਹਿੰਦੇ ਹਨ ਕਿ ਇਸੇ ਕਰਕੇ ਜਿਹੜੇ ਹੈਗੇ ਆ ਆਪਾਂ ਨੂੰ ਸੰਤਾਂ ਦੇ ਬਚਨ ਉਹਨਾਂ ਦੇ ਸੁਣਨੇ ਚਾਹੀਦੇ ਹਨ ਕਿਉਂਕਿ ਉਹ ਹੀ ਜਿਹੜੇ ਹੈ ਪ੍ਰਭੂ ਪਰਮਾਤਮਾ ਦੇ ਨਾਲ ਕਹਿੰਦੇ ਹਨ ਮਨਾਉਂਦੇ ਹਨ ਜਿੱਦਾਂ ਹੈਗਾ ਅਤੇ ਹੈਗੇ। ਅੱਗੇ ਕਹਿੰਦੇ ਮਾਇਆ ਮੇਂ ਹਿਲ ਮਿਲ ਰਹੇ ਹੋ ਪੋਕੜ ਸਾਤੇ ਜਨਮ ਗਵਾਨੋ, ਕਹਿ ਰਵਿਦਾਸ ਕੋਈ ਚੇਤ ਬਾਬਰੇ ਰਾਮ ਨਾਮ ਬਿਨ ਨਹੀਂ ਉਬਰਾਨੋ। ਕਹਿੰਦੇ ਮਾਇਆ ਵਿੱਚ ਇਹ ਆਪਾਂ ਜਿਹੜੇ ਹਜੀਬ ਕਹਿੰਦੇ ਗਰਸੇ ਹੋਏ ਹੈਗੇ, ਝੂਠੇ ਕਰਮਾਂ ਵਿੱਚ ਇਹ ਆਪਣੇ ਆਪਣਾ ਜਨਮ ਗਵਾ ਰਹੇ ਹੈਗੇ ਹਾਂ
ਅਤੇ ਕਹਿੰਦੇ ਹਨ ਕਿ ਸਤਿਗੁਰੂ ਅਰਦਾਸ ਫਰਮਾਉਂਦੇ ਹਨ ਕਿ ਕਈ ਚੱਲੇ ਪੁੱਛਿਆ ਅਤੇ ਕਹਿੰਦੇ ਪ੍ਰਭੂ ਚੇਤੇ ਕਰ, ਨਾਮ ਤੋਂ ਬਿਨਾਂ ਤੇਰਾ ਜੀਵਨ ਜਿਹੜਾ ਬਾਹਰ ਹੈਗਾ। ਸੋ ਆਪਾਂ ਜਿਹੜੇ ਹੈਗੇ ਕੋਈ ਵੀ ਚੀਜ਼ ਜਿਹੜੀ ਆਪਣੇ ਨਾਲ ਜਾਣੀ ਹੈਗੀ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਾਣਾ ਹੈਗਾ, ਚੰਗੇ ਕੰਮ ਕੀਤੇ ਹੋਏ ਜਾਣੇ ਹਨ ਅਤੇ ਉਹ ਹੀ ਹੈਗੇ ਅਰਦਾਸ ਆਪਾਂ ਜਿਹੜਾ ਹੈਗਾ। ਸੋ ਹਮੇਸ਼ਾ ਹੀ ਆਪਾਂ ਜਿਹੜੇ ਕੰਮ ਕਰਦੇ ਹੈਗੇ ਆ ਅਤੇ ਨਾਮ ਕਰ ਹੈਗਾ ਪ੍ਰਭੂ ਪਰਮਾਤਮਾ ਦਾ, ਹਮੇਸ਼ਾ ਹੀ ਕੋਟ ਕੋਟ ਸ਼ੁਕਰਾਨਾ ਕਰਨਾ ਚਾਹੀਦਾ, ਧੰਨਵਾਦ ਕਰਨਾ ਚਾਹੀਦਾ ਹੈਗਾ, ਨਮਸਕਾਰਾਂ ਕਰਨੀਆਂ ਚਾਹੀਦੀਆਂ ਜਿੰਨਾ ਹੈਗਾ, ਅਤੇ ਉਹਦੇ ਹੈਗੇ ਨਾਮ ਦੇ ਨਾਲ ਹੀ ਜੁੜਨਾ ਚਾਹੀਦਾ ਹੈਗਾ ਅਤੇ ਜਿੰਨਾ ਵੀ ਹੋਵੇ, ਤਾਂ ਕਿ ਜਿਹੜੇ ਹੈ ਆਪਣਾ ਜਿਹੜਾ ਜੀਵਨ ਜਿਹੜੇ ਚੰਦ ਘੜੀਆਂ ਸਫਲ ਹੋ ਸਕਣ। ਸੋ ਅਗਲਾ ਸ਼ਬਦ ਹੈ 99, ਬੀਤ ਆਜੂ ਭਜਨ ਨੇ ਕੀਨਾ ਤੇ, ਸਿਹਤ ਪਿਓ ਹਰ ਥਰ ਥਰ ਕੰਪੇ, ਹਰ ਸਿਮਰਨ ਨੇ ਕੀਨਾ, ਸਤ ਸੰਗਤ ਨਹੀਂ ਗੁਰਪਦ ਸਿਓ, ਪ੍ਰਭ ਕੀਰਤ ਨਹੀਂ ਗਾਈ, ਨੈ ਮਨ ਰਮਿਓ ਪ੍ਰਭ ਚਰਨ ਮੇ, ਤਨ ਸਿਓ ਪ੍ਰੀਤ ਦੜਾਈ, ਕਹਿ ਰਵਦਾਸ ਚਲਣ ਕੀ ਬਰਿਆਂ ਕੋ ਨਾ ਹੋ ਸਹਾਈ, ਕਹਿ ਰਵਦਾਸ ਚਲਣ ਕੀ ਬਰਿਆਂ ਕੋ ਨਾ ਹੋਈ ਸਹਾਈ। ਸੋ ਇਸ ਸ਼ਬਦ ਵਿੱਚ ਵੀ ਦੇਖ ਕਹਿੰਦੇ ਆਪਾਂ ਨੂੰ ਉਪਦੇਸ਼ ਹੀ ਹੈ ਕਿ ਜੀਵ ਕਹਿੰਦੇ ਆਪਣੀ ਜਿਹੜੀ ਉਮਰ ਹੈਗੀ ਆ ਉਹ ਘੱਟਦੀ ਜਾਂਦੀ ਹੈਗੀ ਆ, ਅਤੇ ਜੇ ਆਪਾਂ ਹੁਣ ਪ੍ਰਭੂ ਪਰਮਾਤਮਾ ਦਾ ਕਹਿੰਦੇ ਹੈਗੇ ਆ ਨਾਮ ਨਹੀਂ ਜਪਣਾ ਹੈਗਾ ਤਾਂ ਉਮਰ ਤਾਂ ਘੱਟੀ ਜਾਂਦੀ ਵੀ ਹੈਗੀ ਆ। ਜੇ ਆਪਾਂ ਕਹਿੰਦੇ ਚਲੋ ਕੋਈ ਨਹੀਂ ਹੈਗਾ, ਪਹਿਲਾਂ ਬਚਪਨ ਵਿੱਚ ਆਪਾਂ ਜਿਹੜਾ ਬੱਚਾ ਹੁੰਦਾ ਖੇਡਾਂ ਦੇ ਨਾਲ ਹੀ ਆਪਣਾ ਜਿਹੜਾ ਹੈਗਾ ਉਹਨੂੰ ਫਿਰ ਖਿਲਾਉਣੇ ਦਿੱਤੇ ਜਾਂਦੇ, ਅੱਜ ਕੱਲ੍ਹ ਤਾਂ ਇੱਥੇ ਫੋਨ ਹੁੰਦੇ ਆ ਉਹਦੇ ਨਾਲ ਜੇ ਹੈਗਾ, ਜੇ ਹੋਰ ਵੀ ਉਹਦਾ ਉਹਦੇ ਵਿੱਚ ਵੀ ਫੇਰ ਜਦੋਂ ਜਵਾਨੀ ਆਉਂਦੀ ਫੇਰ ਹੋਰ ਹੀ ਆਪਣੇ, ਅਤੇ ਜਿੱਦਾਂ ਵੀ ਜਵਾਨੀ ਦਾ ਵਿੱਚ ਹੈਗਾ ਬਤੀਤ ਕਰ ਲੈਂਦਾ ਹੈਗਾ, ਫਿਰ ਜਦੋਂ ਕਹਿੰਦੇ ਬੁਢਾਪਾ ਆ ਜਾਂਦਾ ਤਾਂ ਸਰੀਰ ਕੰਬਣ ਲੱਗ ਪੈਂਦਾ ਹੈਗਾ, ਅਤੇ ਕਹਿੰਦੇ ਹੈਗੇ ਇਹ ਚੀਜ਼ਾਂ ਉੱਦਾਂ ਹੀ ਜਿਹੜਾ ਜਿਹੜੇ ਉਹਨੇ ਇਹੀ ਦੱਸਿਆ ਕਿ ਆਪਾਂ ਜਿਹੜੇ ਹੈਗੇ ਆ ਕਦੇ ਵੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਿੱਦਾਂ ਹੈਗਾ ਇੱਧਰ ਨੂੰ ਧਿਆਨ ਨਹੀਂ ਦਿੱਤਾ, ਹੋਰ ਹੀ ਜਿਹੜੀ ਆ ਦੁਨੀਆ ਦੀਆਂ ਹੈਗੀਆਂ ਚੀਜ਼ਾਂ ਖੇਲਾਂ ਖੂਲਾਂ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਅਤੇ ਜ਼ਿਆਦਾ ਧਿਆਨ ਦਿੰਦੇ ਹਾਂ। ਜਦੋਂ ਬੁਢਾਪਾ ਫਿਰ ਆਉਂਦਾ ਹੈਗਾ ਆਪਣਾ ਸਰੀਰ ਵੀ ਕੰਬਣ ਲੱਗ ਪੈਂਦਾ ਹੈਗਾ, ਫਿਰ ਪ੍ਰਭੂ ਪਰਮਾਤਮਾ ਦੇ ਕਹਿੰਦੇ ਹੈਗੇ ਆਪਾਂ ਨੂੰ ਚੇਤੇ ਆਉਂਦਾ ਹੈਗਾ ਕਿਉਂ ਆਉਂਦਾ ਹੈਗਾ, ਅਤੇ ਕਹਿੰਦੇ ਵੀ ਫਿਰ ਹੈਗਾ ਜੇ ਉਦੋਂ ਵੀ ਨਹੀਂ ਹੈਗਾ ਕਹਿੰਦੇ ਚਲੋ ਵੀ ਹੈਗਾ ਜੇ ਜਪਣਾ ਹੈਗਾ ਅਤੇ ਫਿਰ ਕਹਿੰਦੇ ਕੋਈ ਹੈਗਾ ਅੰਤ ਵੇਲੇ ਵੀ ਕਹਿੰਦੇ ਪ੍ਰਭੂ ਪਰਮਾਤਮਾ ਨੇ ਹੈਗਾ ਅਤੇ ਉੱਤੇ ਕਹਿੰਦੇ ਸਹਾ ਹੀ ਨਹੀਂ ਹੋਣਾ ਹੈਗਾ। ਤੋ ਚਾਹੀਦਾ ਤਾਂ ਇਹ ਹੈਗਾ ਜਿੱਦਾਂ ਵੀ ਆਪਾਂ ਪਹਿਲਾਂ ਤੋਂ ਹੀ ਜਿੱਦਾਂ ਹੈਗਾ ਅਤੇ ਪਾਉਂਦੇ ਹਨ ਜਿੱਦਾਂ ਹੈਗਾ ਵੀ, ਅਤੇ ਜਿੱਦਾਂ ਦੇਖਿਆ ਹੈਗਾ ਕਹਿੰਦੇ ਹੈਗਾ ਜਦੋਂ ਪ੍ਰਭੂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਿੱਦਾਂ ਹੈਗਾ ਤੁਹਾਨੂੰ ਤਲ ਪੱਲਾ ਇਹਨਾਂ ਦੀ ਆਪਣੀ ਦੱਸਿਆ ਹੈਗਾ ਉਹਨਾਂ ਦੇ ਬਚਪਨ ਵਿੱਚ ਹੀ ਜਿੱਦਾਂ ਪ੍ਰਭੂ ਪਰਮਾਤਮਾ ਦੀ ਕਿਰਪਾ ਇਹਨਾਂ 'ਤੇ ਹੋ ਗਈ ਸਹੀ ਜਿੱਦਾਂ ਹੈਗਾ। ਸੋ ਅਤੇ ਹੈਗੇ ਅਤੇ ਇਹ ਕਹਿੰਦੇ ਉਹਦੀ ਕਿਰਪਾ ਨਾਲ ਕਹਿੰਦੇ ਹੈਗੇ ਜਿਹੜੇ ਹੈਗੇ ਪਾਪੀਆਂ ਨੂੰ ਵੀ ਉਹ ਉਤਾਰ ਦਿੰਦਾ ਹੈਗਾ, ਅਤੇ ਆਪਾਂ ਵੀ ਇਹ ਬੇਨਤੀਆਂ ਕਰਦੇ ਹੈਗੇ ਆਪਣੇ ਕੋਲੋਂ ਵੀ ਪਤਾ ਨਹੀਂ ਕਿੰਨੇ ਪਾਪ ਹੋ ਗਏ ਹੋਊਗੇ, ਅਤੇ ਚਲੋ ਜੇ ਹੁਣ ਹੀ ਜਿਹੜੇ ਸਾਡੇ ਪਾਪਾਂ ਨੂੰ ਵੀ ਜੇ ਪ੍ਰਭੂ ਪਰਮਾਤਮਾ ਜਿਹੜੇ ਇਹ ਮਾਫ਼ ਕਰਕੇ ਜਿਹੜੇ ਸਾਨੂੰ ਹੈਗਾ ਅੱਗੇ ਕਹਿੰਦੇ ਹਨ ਵੀ ਬਖਸ਼ ਦੇਵੇ ਹੈਗਾ, ਅਤੇ ਹੁਣ ਜਿਹੜੇ ਹੈਗੇ ਸੱਚੇ ਆਪਣੀ ਜਿਹੜੀ ਪ੍ਰੀਤ ਹੈਗੀ ਆ ਆਪਣੇ ਚਰਨਾਂ ਦੇ ਨਾਲ ਲਾ ਕੇ ਜਿਹੜਾ ਹੈਗਾ ਤਾਂ ਕਿ ਜਿਹੜਾ ਆਪਣਾ ਰਹਿੰਦਾ ਜੀਵਨ ਹੈਗਾ ਇਹ ਸਫਲ ਹੋ ਸਕੇ। ਫਰਮਾਉਂਦੇ ਹਨ ਕਿ ਬੀਤ ਆਜੂ ਭਜਨ ਨੇ ਕਿੰਨਾ, ਇਹ ਕਹਿੰਦੇ ਕਹਿੰਦੇ ਜਿਹੜੀ ਹੈਗੀ ਆਪਣੀ ਹੁਣ ਕਹਿੰਦੀ ਮੋਲ ਜਿਹੜਾ ਆਪਣਾ ਜਨਮ ਹੈਗਾ ਇਹ ਕਹਿੰਦੇ ਬਹੁਤ ਹੀ ਮੋਲਕ ਹੈਗਾ ਆ, ਅਤੇ ਇਹ ਮਸੀਹ ਕਹਿੰਦੇ ਹੈਗਾ ਵੀ ਇਹ ਮਿਲਦਾ ਹੈਗਾ ਆ, ਅਤੇ ਪਰ ਜਿਹੜੀ ਆਪਾਂ ਹੈਗਾ ਵੀ ਉੱਦਾਂ ਹੀ ਜਿਹੜੀ ਹੈਗੀ ਆ ਉਵੇਂ ਹੁਣ ਪਤਾ ਨਹੀਂ ਹੁਣ ਆਪਾਂ ਦੇਖਣ ਕਿੰਨੇ ਹੈਗੇ ਜਿਹੜੇ ਵੀ ਆਪਣੇ ਸੋ ਜ਼ਿਆਦਾ ਆਪਾਂ ਪਤਾ ਸਿਆਣੇ ਹੋਊਗੇ ਜਿੱਦਾਂ ਹੈਗਾ ਜਿਹੜੇ ਕੋਈ ਦੇਖ ਰਹੇ ਪ੍ਰੋਗਰਾਮ ਵਿਚਾਰੇ ਕਿੰਨੀ ਉਮਰ ਆਪਣੀ ਲੰਘ ਗਈ ਹੈਗੀ ਆ, ਅਤੇ ਵੀ ਕਹਿੰਦੇ ਹੈਗੇ ਭਜਨ ਨਹੀਂ ਕੀਤਾ ਹੈਗਾ ਅਤੇ ਹੈਗਾ ਅਤੇ ਗਾਂਹ ਹੁਣ ਪਤਾ ਨਹੀਂ ਆਪਾਂ ਨੂੰ ਕਿੰਨਾ ਵੀ ਹੈਗਾ ਕਿਉਂਕਿ ਹਰ ਰੋਜ਼ ਜਿਹੜੀ ਆਪਣਾ ਜਿਹੜਾ ਹੈਗਾ ਟਾਈਮ ਜਿਹੜਾ ਹੈਗਾ ਜਿੰਨਾ ਹੈਗਾ ਅਤੇ ਇਹ ਬਤੀਤ ਹੋ ਰਿਹਾ ਹੈਗਾ ਇੱਕ ਵਾਰੀ ਹਰ ਰੋਜ਼ ਹੀ ਕਹਿੰਦਾ ਹੈਗਾ ਜਿੱਦਾਂ ਘੜੀ ਦਾ ਪਾਣੀ ਹੈਗਾ ਉਹਦੇ ਵਿੱਚੋਂ ਆਪਾਂ ਪਾਣੀ ਕੱਢੀ ਜਾਏ ਟੁੱਟਾ ਹੈਗਾ ਜਾਂ ਛੇਕ ਹੈਗਾ ਉਹਦੇ ਵਿੱਚ ਪਾਣੀ ਨਿਕਲ ਹੀ ਜਾ ਰਿਹਾ ਹੈਗਾ, ਜਾਂ ਕੋਈ ਵੀ ਚੀਜ਼ ਹੈਗਾ ਤੁਸੀਂ ਆਪਾਂ ਲਾ ਲਓ ਕੋਈ ਹੈਗਾ ਅਤੇ
ਕੋਈ ਦਾਲ ਆਟਾ ਹੈਗਾ ਉਹ ਲਿਆ ਕੇ ਰੱਖਿਆ, ਉਹਦੇ ਵਿੱਚ ਕੱਢੀ ਜਾਂਦੇ ਤਾਂ ਹੈਗਾ, ਇਹ ਤਾਂ ਇੱਕ ਦਿਨ ਤਾਂ ਖਤਮ ਹੋਣਾ ਹੀ ਹੈਗਾ। ਸੋ ਇਸ ਤਰ੍ਹਾਂ ਹੀ ਹੈਗਾ ਜਿੰਨਾ ਵੀ ਆਪਾਂ ਹੈਗਾ ਵੀ ਕਿੰਨਾ ਚਿਰ ਹੈਗਾ ਕੀ ਹੈਗਾ, 10-20 ਕਿਲੋ ਕਿੰਨੋ ਹੈਗਾ, ਇਸ ਤਰ੍ਹਾਂ ਜਿਹੜੀ ਆਪਣੀ ਸਾਹਾਂ ਦੀ ਪੂੰਡੀ ਹੈਗੀ ਆ ਉਹ ਵੀ ਆਪਣੀ ਜਿਹੜੀ ਹੈਗੀ ਇੱਕ ਦਿਨ ਖਤਮ ਹੋ ਹੀ ਜਾਣੀ ਹੈਗੀ ਆ। ਸੋ ਹੈਗਾ ਅਤੇ ਜਿੰਨਾ ਵੀ ਹੋ ਸਕੇ ਆਪਾਂ ਨੂੰ ਹੈ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਚਾਹੀਦਾ, ਉਹਦਾ ਨਾਮ ਜਪਣਾ ਚਾਹੀਦਾ ਹੈਗਾ। ਕਹਿੰਦੇ ਹਨ ਕਿ ਸਿਹਤ ਪਿਓ ਤਨ ਥਰ ਥਰ ਕੰਪੇ ਹਰ ਸਿਮਰਨ ਕੀਨਾ। ਫਿਰ ਕਹਿੰਦੇ ਬੁਢਾਪਾ ਆ ਜਾਂਦਾ ਹੈਗਾ, ਸਰੀਰ ਕੰਬਣ ਲੱਗਦਾ ਹੈਗਾ, ਅਤੇ ਹੁਣ ਕਹਿੰਦੇ ਫਿਰ ਸਿਮਰਨ ਵੀ ਨਹੀਂ ਹੁੰਦਾ ਹੈਗਾ। ਅਤੇ ਇਹ ਹੀ ਆ ਪ੍ਰਭੂ ਪਰਮਾਤਮਾ ਜਿਹੜੇ ਪਹਿਲਾਂ ਪਹਿਲਾਂ ਜਿੱਦਾਂ ਹੈਗਾ ਅਤੇ ਉਹ ਆਪਾਂ ਨੂੰ ਜਿਹੜੇ ਹੈ ਆਪਣੇ ਚਾਨੀ ਲਾਵੇ। ਸੋ ਸਤਸੰਗ ਜੀ ਮੈਂ ਕਿਉਂਕਿ ਸਾਰੇ ਤਾਂ ਨਹੀਂ, ਮੈਂ ਆਪਾਂ ਦੇਖਿਆ ਹੈ ਕਈ ਵਾਰੀ ਆਪਾਂ ਗੁਰੂ ਘਰਾਂ ਜਾਂਦੇ ਹੈਗੇ ਅਤੇ ਨਾਲ ਆਪਣੇ ਬੱਚੇ ਵੀ ਆਏ ਹੁੰਦੇ ਹਨ ਅਤੇ ਉਹ ਵੀ ਸੇਵਾ ਕਰਦੇ ਹਨ। ਸੋ ਜਿੱਦਾਂ ਹੈਗਾ ਅਤੇ ਬਚਪਨ ਤੋਂ ਹੀ ਸੋ ਮੈਂ ਇਹ ਸਮਝਦਾ ਹੈਗਾ ਪ੍ਰਭੂ ਪਰਮਾਤਮਾ ਦੀ ਅਤੇ ਉਹਨਾਂ 'ਤੇ ਵੀ ਕਿਰਪਾ ਹੈਗੀ ਹੈ, ਜਿਹੜੇ ਸਾਰੇ ਪਰਿਵਾਰ ਜਿਹੜੇ ਉੱਥੇ ਜਾਂਦੇ ਹਨ ਗੁਰੂ ਘਰ ਸੇਵਾ ਕਰਦੇ ਹਨ, ਸੇਵਾ ਨਾਲ ਜੁੜੇ ਹੋਏ ਹਨ। ਸੋ ਇਹ ਵੀ ਪ੍ਰਭੂ ਪਰਮਾਤਮਾ ਦੀ ਕਿਰਪਾ ਹੀ ਹੈਗੀ ਹੈ ਜਿਹੜੇ ਹੈਗੇ ਆ। ਅਤੇ ਉੱਥੇ ਨਹੀਂ ਤਾਂ ਕਹਿਣਾ ਵੀ ਹੈਗਾ, ਕਈ ਤਾਂ ਹੈਗਾ ਵੀ ਨਹੀਂ ਹੈਗਾ ਕਿਸੇ ਟਾਈਮ ਨਹੀਂ ਲੱਗਦਾ ਹੈਗਾ। ਸੋ ਮੈਂ ਉਹਨਾਂ ਨੂੰ ਵੀ ਜਿਹੜੇ ਹੈਗੇ ਜੇ ਜਾਂਦੇ ਹਨ ਉਹਨਾਂ ਨੂੰ ਕੋਟ ਪ੍ਰਣਾਮ ਕਰਦਾ ਹੈਗਾ। ਇੱਦਾਂ ਹੀ ਹੈਗੇ ਸਤਸੰਗਤ ਨਹੀਂ ਗੁਰਪਦ ਸਿਓ ਪ੍ਰਭ ਕੀਰਤ ਨਹੀਂ ਗਾਈ। ਕਹਿੰਦੀ ਕਹਿੰਦੀ ਜਿਹੜੀ ਸਤਸੰਗ ਜਿਹੜੀ ਆਪਾਂ ਉੱਥੋਂ ਆਪਾਂ ਨੂੰ ਜਿਹੜੇ ਹੈਗੇ ਪ੍ਰਭੂ ਪਰਮਾਤਮਾ ਜਿਹੜੀ ਹੈਗੀ ਆ ਗੁਰੂ ਬਾਣੀ ਦੀ ਸਿੱਖਿਆ ਜਿਹੜੀ ਉੱਥੋਂ ਹੀ ਪ੍ਰਭੂ ਪਰਮਾਤਮਾ ਦੀ ਕਹਿੰਦੇ ਹਨ ਕਿ ਉੱਥੋਂ ਹੀ ਆਪਾਂ ਨੇ ਹੈਗੀ ਆ ਅਤੇ ਵਿਚਾਰ ਜਿਹੜੇ ਹੁੰਦੇ ਮਿਲਦੇ ਹਨ ਉੱਥੋਂ ਉੱਥੋਂ ਹੀ ਜਿਹੜੇ ਹੈਗੇ ਆਪਾਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਗੁਣ ਗਾਉਣੇ ਹੈਗੇ ਆ ਅਤੇ ਗਾਉਂਦੇ ਵੀ ਹਨ ਕਈ ਜਦੋਂ ਸੋਹਣੇ ਹੈਗੇ ਬੱਚੇ ਬਹੁਤ ਸੋਹਣਾ ਲੱਗਦਾ ਹੈਗਾ ਜਦੋਂ ਗਾਉਂਦੇ ਹਨ ਪ੍ਰਭੂ ਪਰਮਾਤਮਾ ਦੀ ਉਸਤਤ ਕਰਦੇ ਹਨ ਉਹਦਾ ਨਾਮ ਜਪਦੇ ਹਨ ਤਾਂ ਬਹੁਤ ਸੋਹਣਾ ਲੱਗਦਾ ਹਨ। ਨਹੀਂ ਮਨ ਰਮਿਓ ਪ੍ਰਭ ਚਰਨਨ ਮੇਂ ਤਨ ਸਿਓ ਪ੍ਰੀਤ ਰਦਾਈ। ਕਹਿੰਦੇ ਪ੍ਰਭੂ ਦੇ ਚਰਨ ਕਮਲਾਂ ਨਾਲ ਜੁੜਿਆ ਮਨ ਜੋੜਿਆ ਨਹੀਂਗਾ ਅਤੇ ਕਹਿੰਦੇ ਆਪਣੇ ਸਰੀਰ ਦੀ ਪ੍ਰੀਤ ਲਗਾਈ ਰੱਖੀ। ਅਤੇ ਇਹ ਵੀ ਦੇਖ ਕਈ ਵਾਰੀ ਹੁੰਦਾ ਆਪਾਂ ਜ਼ਿਆਦਾ ਹੈਗੇ ਸਰੀਰ ਵੱਲ ਧਿਆਨ ਦਿੰਦੇ ਹੈਗੇ ਵੀ ਆਹ ਕਰ ਲਈ ਇੱਦਾਂ ਬਹੁਤ ਹੀ ਸੋਹਣਾ ਹੈਗਾ ਆਹ ਆਪਾਂ ਰੱਖੀਏ, ਠੀਕ ਆ ਖਿਆਲ ਰੱਖਣਾ ਪੈਂਦਾ ਆਪਣੇ ਸਰੀਰ ਦਾ ਵੀ ਜਿੱਦਾਂ ਖਾਣ ਪੀਣ ਦਾ ਕਿੱਦਾਂ ਹੈਗਾ ਸਹੀ ਆਪਣੇ ਢੰਗ ਨਾਲ ਖਾਧਾ ਪੀਤਾ ਜਾਵੇ, ਰੈਸਟ ਕੀਤੀ ਜਾਵੇ ਜਿੱਦਾਂ ਹੈਗਾ ਅਤੇ ਨਾਲ ਨਾਲ ਜਿਹੜੇ ਹੈਗੇ ਪ੍ਰਭੂ ਪਰਮਾਤਮਾ ਦਾ ਜਿਹਨੇ ਆਪਾਂ ਨੂੰ ਚੀਜ਼ਾਂ ਦਿੱਤੀਆਂ ਹਨ ਉਹਦਾ ਵੀ ਜਿਹੜਾ ਸ਼ੁਕਰਗੁਜ਼ਾਰ ਜਿਹੜਾ ਹੋਣਾ ਚਾਹੀਦਾ ਹੈਗਾ ਉਹਦਾ ਵੀ ਨਾਮ ਜਿਹੜਾ ਹੈਗਾ ਜਦੋਂ ਵੀ ਹੈਗਾ ਆਪਣੇ ਜਿੱਥੇ ਆਪਾਂ ਸਰੀਰ ਵਾਰ ਧਿਆਨ ਦਿੰਦੇ ਹਾਂ ਜਿਹੜਾ ਕਿ ਆਪਣਾ ਕੋਈ ਰਹਿਣਾ ਨੀਗਾ ਹੈਗਾ ਅਤੇ ਜਿਹਨੇ ਦਿੱਤਾ ਹੈਗਾ ਕਹਿੰਦੇ ਹਨ ਕਿ ਜਿਹਨੇ ਆਪਾਂ ਨੂੰ ਚੀਜ਼ਾਂ ਦਿੱਤੀਆਂ ਹਨ ਆਪਾਂ ਨੇ ਕਹਿੰਦਾ ਉਹਦਾ ਵੀ ਧਿਆਨ ਜਿਹੜਾ ਹੈਗਾ ਉਹਦਾ ਵੀ ਸ਼ੁਕਰਾਨਾ ਕਰਨਾ ਆਪਣਾ ਫਰਜ਼ ਬਣਦਾ ਹੈਗਾ। ਕਹਿ ਰਵਿਦਾਸ ਚਰਨ ਕੀ ਬਰੀਆ ਕੋ ਨਾ ਹੱਸ ਹੋਏ। ਇਹ ਕਿਉਂਕਿ ਜਿਹੜਾ ਹੈਗਾ ਚਾਹੇ ਜਿੰਨਾ ਮਰਜ਼ੀ ਆਪਣਾ ਸੁੰਦਰ ਸਰੀਰ ਹੋਵੇ ਇਹ ਵੀ ਇੱਥੇ ਵੀ ਕਹਿੰਦੇ ਉਹ ਵੀ ਅਗਨ ਭੇਟ ਕਰ ਦਿੰਦੇ ਹਨ ਜਾਂ ਇਹਨੂੰ ਦਫਨਾਇਆ ਜਾਂਦਾ ਹੈਗਾ ਅਤੇ ਜਿਹੜੀ ਚੀਜ਼ ਕੋਈ ਆਪਣੇ ਨਾਲ ਜਾਣੀ ਹੈਗੀ ਆ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਾਣਾ ਹੈਗਾ। ਸੋ ਆਪਾਂ ਜਿਹੜੇ ਕਹਿੰਦੇ ਹੋਰ ਵੀ ਕਿਸੇ ਦੇ ਕਹਿੰਦੇ ਇਹ ਤੋਂ ਬਗੈਰ ਕਹਿੰਦੇ ਹੋਰ ਕੋਈ ਸਹਾਰਾ ਨਹੀਂ। ਕਹਿ ਰਵਿਦਾਸ ਚੱਲਣ ਕੀ ਬਰੀਆ ਕੋ ਨਾ ਹੋ ਸਾਈ। ਕਹਿੰਦੇ ਬਸ ਇਹ ਹੀ ਹੈਗਾ ਨਾਮ ਹੀ ਜਿਹੜਾ ਤੇਰੇ ਨਾਲ ਜਾਣਾ ਹੈਗਾ। ਸੋ ਹਮੇਸ਼ਾ ਹੀ ਆਪਾਂ ਨੂੰ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਪਣਾ ਚਾਹੀਦਾ ਹੈਗਾ ਹਮੇਸ਼ਾ ਹੀ। ਸੋ ਇਹ ਆਪਾਂ ਜੀ ਬੇਨਤੀਆਂ ਕਰਦੇ ਹਾਂ ਪ੍ਰਭੂ ਪਰਮਾਤਮਾ ਅੱਗੇ ਵੀ ਬੇਨਤੀਆਂ ਕਰਦੇ ਹਾਂ ਇਹ ਪ੍ਰਭੂ ਪਰਮਾਤਮਾ ਜੀ ਸਾਨੂੰ ਵੀ ਜਿਹੜੇ ਆਪਣੇ ਚਰਨਾਂ ਦੇ ਨਾਲ ਜਿਹੜਾ ਜੋੜੀ ਰੱਖੀ ਨਾਲ ਹੈਗਾ ਸੋ ਜੀ ਜਿਹੜੀ ਹੈਗੀ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੀ। ਸੋ ਅਗਲਾ ਸ਼ਬਦ ਹੈਗਾ 90ਵਾਂ ਅੰਮ੍ਰਿਤ ਪਾਣੀ 'ਚੋਂ ਕਹਿੰਦੇ ਹਨ ਕਿ ਪ੍ਰਭ ਜੀ ਤੁਮ ਔਗੁਣ ਬਖਸ਼ਣਹਾਰ ਹੋਂ ਬੋ ਨੀਚ ਉਧਰੋ ਪਾਤਕੀ ਮੂਰਖ ਨਿਪਤ ਗਵਾਰ ਠੇਕ। ਮੋਸਮ ਪਤੀ ਅਦਮਨੀ ਕੋ ਖੀਨ ਦੁਖੀ ਬਸਿਆਰ ਨਾਮ ਸੁਨੇ ਨਰਕ ਭਜੇ ਹੈ ਤੁਮ ਬਿਨ ਕਵਨ ਹਮਾਰ। ਪਤਿਤ ਪਾਵਨ ਬਿਰਧ ਤਿਉਹਾਰੋ ਆਏ ਪਰੋ ਤੋ ਦੁਆਰ ਕਹਿ ਰਵਿਦਾਸ ਇਹ ਮਨ ਆਸਾ ਨਿਜ ਕਰ ਲਿਓ ਵਾਰ।
ਕਹਿ ਰਵਿਦਾਸ ਏ ਮਨਾਸਾ ਨਿਜ ਕਰ ਲਿਓ ਉਬਾਰ। ਇਸ ਸ਼ਬਦ ਵਿੱਚ ਹੀ ਸਤਿਗੁਰੂ ਰਵਿਦਾਸ ਜੀ ਆਪਣੇ ਕਹਿੰਦੇ ਹਨ ਕਿ ਪ੍ਰਭੂ ਪਰਮਾਤਮਾ ਅੱਗੇ ਉਹਨੇ ਬੇਨਤੀ ਕੀਤੀ ਹੈਗੀ ਆ, ਪਰ ਆਪਾਂ ਨੂੰ ਜਿਹੜੀ ਕਹਿੰਦੇ ਹੈਗੇ ਆ ਉਪਦੇਸ਼ ਹੈ ਉਹਨਾਂ ਦਾ, ਇਹ ਕਹਿੰਦੇ ਹਨ ਪ੍ਰਭੂ ਪਰਮਾਤਮਾ ਕਹਿੰਦੇ ਤੁਸੀਂ ਸਾਡੇ ਵੀ ਹੁਣ ਬਖਸ਼ਣ ਵਾਲੇ ਹੋ, ਅਤੇ ਕਹਿੰਦੇ ਹਨ ਕਿ ਸਾਡੇ 'ਤੇ ਕਿਰਪਾ ਕਰੋ ਕਹਿੰਦੇ ਹਨ, ਅਤੇ ਜੇ ਸਾਡੇ ਕੋਲ ਪਾਪਾਂ ਦਾ ਵੀ ਜਿਹੜੇ ਸਾਡੇ ਪਾਪਾਂ ਦਾ ਨਾਸ਼ ਹੈਗੇ ਉਹ ਵੀ ਕਰੋ ਹੈਗੇ ਦਾਸੇ। ਸੋ ਆਪਣੀ ਵੀ ਇਹ ਪ੍ਰਭੂ ਪਰਮਾਤਮਾ ਅੱਗੇ ਬੇਨਤੀ, ਹਮੇਸ਼ਾ ਆਪਾਂ ਇਹ ਬੇਨਤੀ ਕਰਨੇ ਹੈਗੇ ਆ, ਕਿਉਂਕਿ ਤੁਸੀਂ ਜੇ ਆਪਾਂ ਨਿਮਰਤਾ ਸਿਹਤ ਦੀ ਬੇਨਤੀ ਕਰਾਂਗੇ, ਜਿੱਦਾਂ ਸਤਿਗੁਰਾਂ ਨੇ ਜਿਹੜੀ ਹੈਗੀ ਆ ਹਮੇਸ਼ਾ ਹੀ ਹੁਣ ਨਿਮਰਤਾ ਨਾਲ ਹੀ ਹੈ, ਬਹੁਤ ਮਾਣੇ ਮਾਣ ਕੇ ਜਿੰਨਾ ਹੈਗਾ ਹਮਸਾ ਦੀਨ ਦਿਆਲ ਨਾਲ ਤੁਮ ਸਾਰਾ ਆਪਾਂ ਤਿਆਰ ਕਰਕੇ ਜੀ ਬਚਨੀ ਤੋਰ ਬੋਲ ਮਾਮਾ ਨੂੰ ਜਾਂ ਖੁਪੂਰ ਹੋਂ ਬਲ ਬਲ ਜਾਂ ਰਮੀਆਂ ਕਾਨ ਕਾਨ ਕਾਨੂੰ ਬੋਲ ਬਹੁਤ ਜਨਮ ਵਿਛੜੇ ਮਾਧੋ ਜਨ ਪਾਏ ਲਿਖੇ ਕਹਿ ਰਵਿਦਾਸ ਸਾਸ ਭਗ ਜੀ ਚੁੱਪ। ਇਸ ਤਰ੍ਹਾਂ ਦੀਆਂ ਬੇਨਤੀਆਂ ਉਹਨੇ ਕੀਤੀਆਂ ਹਨ ਬਹੁਤ ਹੀ ਜਿੱਦਾਂ ਹੈਗੇ ਆ, ਅਤੇ ਸੋ ਪ੍ਰਭੂ ਪਰਮਾਤਮਾ ਨੇ ਸੁਣੀਆਂ ਵੀ ਹਨ। ਸੋ ਜੇ ਆਪਾਂ ਵੀ ਇਸ ਤਰ੍ਹਾਂ ਬੇਨਤੀਆਂ ਕਰਾਂਗੇ ਨਿਮਾਣੇ ਹੋ ਗਏ ਤਾਂ ਪ੍ਰਭੂ ਪਰਮਾਤਮਾ ਵੀ ਸੁਣੇਗਾ ਹੈਗਾ। ਕਹਿੰਦੇ ਹਨ ਕਿ ਪ੍ਰਭ ਜੀ ਤੁਮ ਔਗੁਣ ਬਖਸ਼ਣਹਾਰ ਹੋਮ ਵੋ ਨੀਚ ਉਧਰੋ ਪਾਤਕੀ ਮੂਰਖ ਨਿਕਟ ਗਵਾਰ ਠੇਕ। ਕਹਿੰਦੇ ਹਨ ਕਿ ਪ੍ਰਭੂ ਜੀ ਆਪ ਕਹਿੰਦੇ ਔਗੁਣਾਂ ਨੂੰ ਬਖਸ਼ਣ ਵਾਲੇ ਹੋ, ਅਸੀਂ ਕਹਿੰਦੇ ਕਿ ਆਪ ਜੀ ਦੇ ਕੋਲੋਂ ਭੱਲੇ ਹੋਣ ਕਰਕੇ ਨੀਚ ਹਾਂ, ਅਤੇ ਆਪਣੇ ਆਪ ਨੂੰ ਦੇਖ ਲਓ ਨਹੀਂ ਹੈਗਾ ਨੀਚ ਸਮਝਿਆ ਹੈਗਾ, ਕਿਰਪਾ ਕਰਕੇ ਕਹਿੰਦੇ ਜਿਹੜੇ ਅਸੀਂ ਵਿਕਾਰਾਂ ਨਾਲ ਲਿਪਟੇ ਹੋਏ ਹਾਂ ਕਹਿੰਦੇ ਸਾਡੇ ਕਹਿੰਦੇ ਮੂਰਖਾਂ ਦੇ ਕਹਿੰਦੇ ਪਾਪਾਂ ਦਾ ਨਾਸ਼ ਕਰੋ ਜੀ। ਸੋ ਬਹੁਤ ਹੀ ਨਿਮਾਣਾ ਜੇ ਹੈਗਾ ਨਿਮਰਤਾ ਨਾਲ ਹੀ ਉਹਨੀ ਬੇਨਤੀ ਕਰਦੇ ਹਨ। ਮੋਹ ਸੰਪਤੀ ਅਦਮਨੀ ਕੋ ਖੀਨ ਦੁਖੀ ਬਸਿਆਰ ਨਾਮ ਸੁਨੇਹ ਨਰਕ ਭਜੇ ਹੈ ਤੁਮਿਨ ਕਮਰ ਹਮਾਰ। ਕਹਿੰਦੇ ਕਿ ਪ੍ਰਭੂ ਜੀ ਅਸੀਂ ਆਪ ਨੂੰ ਭੁੱਲਣ ਕਰਕੇ ਹੀ ਸਾਡੇ ਕਹਿੰਦੇ ਹਨ ਸਾਡੇ ਅਸੀਂ ਪਾਪੀ ਹੈਗੇ ਆ ਕਿਉਂਕਿ ਅਸੀਂ ਆਪ ਨੂੰ ਭੁੱਲੇ ਹਾਂ, ਅਤੇ ਕਹਿੰਦੇ ਤੁਸੀਂ ਤਾਂ ਦੁਖੀਆਂ 'ਤੇ ਵੀ ਜਿਹੜੇ ਕਿਰਪਾ ਕਰਦੇ ਹੋਏ ਕਹਿੰਦੇ, ਅਤੇ ਕਹਿੰਦੇ ਹਨ ਜਿਹੜੇ ਆਪ ਜੀ ਦਾ ਨਾਮ ਹੀ ਹੈ ਕਹਿੰਦੇ ਦੁੱਖ ਆਪਾਂ ਨੂੰ ਨਰਕਾਂ ਦੇ ਵਿੱਚੋਂ ਕਹਿੰਦੇ ਹੈਗੇ ਵੀ ਕੱਢ ਲੈਂਦਾ ਹੈਗਾ, ਅਤੇ ਕਹਿੰਦਾ ਹੋਰ ਕੌਣ ਕਹਿੰਦੇ ਪ੍ਰਭੂ ਪਰਮਾਤਮਾ ਤੋਂ ਬਿਨਾਂ ਹੈਗਾ, ਅਤੇ ਕਹਿੰਦੇ ਸਹਾਰਾ ਵਾਕਿਆ ਜਿਹੜਾ ਹੈਗਾ ਦੇਖਿਆ ਜਾਵੇ ਕਈ ਕਈ ਇੱਦਾਂ ਦੀਆਂ ਦੁਰਘਟਨਾ ਹੋ ਜਾਂਦੀਆਂ ਹਨ ਕਹਿੰਦੇ ਹੈਗੇ ਸਾਰੇ ਆ, ਜਾਂ ਕੋਈ ਹੈਗਾ ਅਤੇ ਕੋਈ ਵਿੱਚੋਂ ਹੈਗਾ ਜਿੱਦਾਂ ਕੋਈ ਜਹਾਜ਼ ਦੇ ਵਿੱਚੋਂ ਹੈਗਾ ਅਤੇ ਸਾਰੇ ਕਿਤੇ ਹੈਗਾ ਜੇ ਵਿੱਚ 100-200 ਬੰਦਾ ਹੋਵੇ ਵਿੱਚੋਂ 2-4 ਹੀ ਵੱਜਦੇ ਹਨ ਜਿੱਦਾਂ ਹੈਗਾ, ਜਾਂ ਦੇਖੇ ਕੋਈ ਹੈਗਾ ਸਮਝ ਲਓ ਇਹ ਪ੍ਰਭੂ ਪਰਮਾਤਮਾ ਦੀ ਦੇਖ ਲਓ ਹੈਗਾ ਜਿਹੜੇ ਹੈਗਾ ਕਹਿ ਦਿੰਦੇ ਆਪਾਂ ਵੀ ਇਹ ਵਾਕਿਆ ਜਿਹੜਾ ਹੈਗਾ ਪ੍ਰਭੂ ਪਰਮਾਤਮਾ ਦੀ ਕਿਰਪਾ ਹੋਈ ਹੈਗੀ ਜਿਹੜਾ ਇਹ ਬਚ ਗਿਆ ਹੈਗਾ ਬਾਕੀ ਦੇ ਹੈਗਾ। ਸੋ ਬਹੁਤ ਸਾਰੀਆਂ ਹੁਣ ਵੀ ਕਈ ਜਗ੍ਹਾ ਹੜ੍ਹ ਆਏ ਹਨ, ਪਤਾ ਨਹੀਂ ਕਿੰਨੀ ਕੁ ਦੁਨੀਆ ਹੈਗੀ ਮਰੀ ਜਾਂਦੀ ਹੈਗੀ ਆ, ਕਈ ਵਿਚਾਰੇ ਘਰ ਬੇਘਰ ਹੋ ਗਏ ਹਨ ਦਿੰਦਾ ਹੈਗਾ, ਅਤੇ ਹੋਰ ਵੀ ਜਿਹੜੇ ਹੈਗੇ ਕਿਤੇ ਹੈਗੇ ਸਾਰੇ ਮੁਲਕਾਂ ਦੇ ਕਿਤੇ ਹੈਗਾ ਲੜਾਈ ਝਗੜੇ ਹੈਗੇ ਆ ਉੱਥੇ ਨੁਕਸਾਨ ਹੋ ਰਿਹਾ ਹੈਗਾ, ਅਤੇ ਜਿੱਦਾਂ ਹੈਗਾ ਕੋਈ ਹੈਗਾ ਅਤੇ ਕੋਈ ਆਪਣੇ ਦੁਖੀ ਹੈਗਾ ਵਿਚਾਰੇ ਹੈਗੇ ਉਹਨੂੰ ਬਿਮਾਰੀਆਂ ਐਸੀਆਂ ਲੱਗੀਆਂ ਹਨ ਜਿੱਦਾਂ ਹੈਗਾ ਸਾਰੇ ਅਤੇ ਇਹ ਸਮਝੋ ਅਤੇ ਪ੍ਰਭੂ ਪਰਮਾਤਮਾ ਜਿਹੜਾ ਹੈਗਾ ਸਾਰਾ ਕੁਛ ਹੀ ਕਹਿੰਦੇ ਹਨ ਕਿ ਜਿਹੜੇ ਉਹਦੇ ਬਸ ਹੈਗਾ ਸਾਰਾ ਕੁਛ ਕਹਿੰਦੇ ਹਨ ਕਿ ਸੋ ਆਪਾਂ ਦਾ ਜਿਹੜੇ ਹੈਗੇ ਬੇਨਤੀਆਂ ਹੀ ਕਰ ਸਕਦੇ ਹੈਗੇ ਪ੍ਰਭੂ ਪਰਮਾਤਮਾ ਜਿਹੜੇ ਹੈਗੇ ਆ। ਸੋ ਜੋ ਆਪਾਂ ਇੱਥੇ ਬੈਠੇ ਇਹ ਸੇਵਾ ਕਰ ਰਹੇ ਹੈਗੇ ਜਿੰਨਾ ਜਿੰਨਾ ਹੈਗਾ ਇਹ ਪ੍ਰਭੂ ਪਰਮਾਤਮਾ ਹੀ ਕਰਾ ਰਿਹਾ ਹੈਗਾ, ਅਤੇ ਜੇ ਆਪਾਂ ਵੀ ਤੁਰ ਫਿਰ ਨਾ ਸਕਦੇ ਹੁੰਦੇ ਸ਼ਾਇਦ ਵੀ ਨਹੀਂ ਜਿਹੜਾ ਆ ਸਕਣਾ ਸੀਗਾ। ਸੋ ਇੱਦਾਂ ਦੇ ਵੀ ਕਈ ਹਨ ਹੈਗੇ ਆ। ਸੋ ਹਮੇਸ਼ਾ ਹੀ ਪ੍ਰਭੂ ਪਰਮਾਤਮਾ ਦਾ ਜਿਹੜਾ ਹੈਗਾ ਧੰਨਵਾਦ ਕੋਟ ਕੋਟ ਪ੍ਰਣਾਮ ਕਰਦੇ ਹੈਗੇ ਉਹਨੂੰ ਜਿਹੜਾ ਆਸ਼ੀਰਵਾਦ ਹਮੇਸ਼ਾ ਹੀ ਬਣਿਆ ਰਹੇ ਸਾਰਿਆਂ 'ਤੇ ਜਿੱਦਾਂ ਹੈਗਾ, ਅਤੇ ਸਾਰਾ ਹੀ ਉਹਦਾ ਜਿਹੜੇ ਨਾਮ ਜਪਣ ਉਹਦਾ ਹੀ ਨਾਮ ਗੁਣਗਾਉਣ ਜਿੱਦਾਂ ਹੈਗਾ ਇਹ ਬੇਨਤੀ ਕਰਦੇ ਹੈਗੇ ਆ। ਮੋਹ ਸੰਪਤੀ ਅਦਮਨੀ ਕੋ ਖੀਨ ਦੁਖੀ ਵਿਚਾਰ ਨਾਮ ਸੁਣੇ ਨਰਕ ਭਜੇ ਤੁਮਿਨ ਕਮਰ ਹਮਾਰ। ਅਤੇ ਕਹਿੰਦੇ ਹਨ ਹਾਂ ਵੀ ਬਾਕੀ ਜਿਹੜੇ ਹੈਗੇ ਸਾਡੇ ਜਿਹੜੇ ਹੈਗੇ ਆ ਕਿਰਪਾ ਜਿਹੜੀ ਪ੍ਰਭੂ ਪਰਮਾਤਮਾ ਦੀ ਕਿਰਪਾ ਹਮੇਸ਼ਾ ਹੀ ਲੋੜੀਂਦੀ ਹੈਗੀ ਆ।
ਪਤਿਤ ਪਾਵਨ ਬਿਰਧ ਤਿਉਹਾਰੋ ਆਏ ਪਰੋ ਤੋ ਦੁਆਰ ਕਹਿ ਅਰਦਾਸ ਏਮਾ ਨਾਸਾ ਨਿਜ ਕਰ ਲਿਓ ਵਾਰ। ਅਤੇ ਕਹਿੰਦੇ ਪ੍ਰਭੂ ਜੀ ਕਹਿੰਦੇ ਆਪ ਦਾ ਨਾਮ ਹੀ ਕਹਿੰਦੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈਗਾ, ਅਤੇ ਕਹਿੰਦੇ ਮੈਂ ਵੀ ਆਪ ਦੇ ਦੁਆਰ 'ਤੇ ਆ ਕੇ ਖੜ੍ਹਾ ਹਾਂ, ਮੇਰੇ 'ਤੇ ਵੀ ਕਿਰਪਾ ਕਰੋ। ਅਤੇ ਸਤਿਗੁਰ ਅਰਦਾਸ ਜੀ ਪ੍ਰਭੂ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਮੇਰੀ ਮਨ ਦੇ ਵਿੱਚ ਇਹ ਹੀ ਇੱਛਾ ਹੈ, ਅਤੇ ਮੇਰੇ 'ਤੇ ਵੀ ਕਿਰਪਾ ਕਰੋ, ਮੇਰੇ 'ਤੇ ਕਹਿ ਔਕੜ ਮੇਖੇ ਬਖਸ਼ਿਓ। ਸੋ ਸਤਿਗੁਰ ਅਰਦਾਸ ਮਹਾਰਾਜ ਜਿੰਨਾ ਹੈ ਜਿੰਨੇ ਵੀ ਸ਼ਬਦ ਉਹਨੇ ਪ੍ਰਭੂ ਪਰਮਾਤਮਾ ਅੱਗੇ ਤਕੀਮਨ ਹੈਗੇ ਬੇਨਤੀਆਂ ਕੀਤੀਆਂ ਹੈਗੀਆਂ, ਬਹੁਤ ਹੀ ਨਿਮਰਤਾ ਦੇ ਨਾਲ ਬਹੁਤ ਹੀ ਨਿਮਾਣੇ ਹੋ ਕੇ, ਅਤੇ ਜਿਹੜੇ ਹੈਗੇ ਪ੍ਰਭੂ ਪਰਮਾਤਮਾ ਕਹਿੰਦੇ ਹਨ ਕਿ ਉਹ ਬਹੁਤ ਹੀ ਕਿਰਪਾਲੂ ਦਿਆਲੂ ਹੈਗਾ, ਅਤੇ ਜਿਹੜੇ ਹੈਗੇ ਆ ਬੇਨਤੀਆਂ ਸਾਰੇ ਹੈਗੀ ਆ। ਅਤੇ ਆਪਾਂ ਗੁਰੂ ਘਰਾਂ 'ਚ ਵੀ ਦੇਖਿਆ ਜਾ ਕੇ ਸਾਰੇ ਜਿੱਦਾਂ ਆਪਾਂ ਅਰਦਾਸ ਕਰਦੇ ਇਕੱਠੇ ਹੋ ਕੇ ਬੇਨਤੀਆਂ ਕਰਦੇ ਹਾਂ, ਕਈ ਹਵੇ ਆਪਣੇ ਦੇ ਘਰਾਂ 'ਚ ਵੀ ਆਪਾਂ ਜਿੱਦਾਂ ਹੈਗੇ ਬੈਠੇ ਹੈਗੇ ਦੇਖਦੇ ਬਹੁਤ ਹੀ ਦੁਖੀ ਹੁੰਦੇ ਆ, ਬੇਨਤੀਆਂ ਕਰਦੇ ਹੈਗੇ ਆ, ਉਹਨਾਂ ਲਈ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਬਹੁਤ ਦੁਖੀ, ਪ੍ਰਭੂ ਪਰਮਾਤਮਾ ਵੀ ਜਿਹੜਾ ਹੈਗਾ ਵੀ ਇਹਨੂੰ ਬਹੁਤ ਦੁੱਖ ਦੇਖਿਆ ਹੈਗਾ, ਇਹਨੂੰ ਹੁਣ ਜਿੱਦਾਂ ਹੈਗਾ ਵੀ ਅਤੇ ਆਪਣੇ ਕੋਲ ਬੁਲਾ ਲਾ ਇੱਦਾਂ ਦੀਆਂ। ਅਤੇ ਬਾਅਦ ਵਿੱਚ ਵੀ ਜਿੱਦਾਂ ਹੈਗਾ ਸਾਰੇ ਉਹਦੀ ਆਪਣੀ ਮਨ ਕੋਈ ਚਲੇ ਵੀ ਜਾਂਦਾ ਹੈਗਾ ਉਹਦੇ ਵੀ ਮਨ ਦੀ ਸ਼ਾਂਤੀ ਲਈ ਜਿੱਦਾਂ ਪਿੱਛੇ ਪਰਿਵਾਰ ਲਈ ਵੀ ਸ਼ਾਂਤੀ ਕੀਤੀ ਜਾਂਦੀ ਹੈਗੀ ਆ। ਸੋ ਹਮੇਸ਼ਾ ਹੀ ਜਿਹੜੇ ਹੈਗਾ ਪ੍ਰਭੂ ਪਰਮਾਤਮਾ ਅੱਗੇ ਬੇਨਤੀਆਂ ਹੀ ਕਰਦੇ ਹੈਗੇ ਆ, ਅਤੇ ਜਿਹੜਾ ਹੈਗਾ ਉਹਦਾ ਪਾਣਾ ਕਹਿੰਦੇ ਹਨ ਕਿ ਮਿੱਠਾ ਕਰਕੇ ਮੰਨਣਾ ਹੀ ਪੈਂਦਾ ਹੈਗਾ। ਅਤੇ ਆਪਾਂ ਨੂੰ ਚਾਹੇ ਹੈਗਾ ਬਹੁਤ ਹੀ, ਕਿਉਂਕਿ ਆਪਾਂ ਨੂੰ ਜੋ ਪਿਆਰੇ ਵੀ ਚੱਲ ਜਾਂਦੇ ਹੈਗੇ ਜਿੱਦਾਂ ਹੈਗਾ, ਅਤੇ ਜਿਹੜਾ ਹੈਗਾ ਅਤੇ ਦੁੱਖ ਤਾਂ ਜ਼ਰੂਰ ਹੁੰਦਾ ਹੈਗਾ, ਪਰ ਫਿਰ ਵੀ ਕਹਿੰਦੇ ਹੈਗੇ ਪ੍ਰਭੂ ਪਰਮਾਤਮਾ ਅੱਗੇ ਉਹਦੇ ਕੋਲੋਂ ਵੀ ਆਪਾਂ ਸ਼ਕਤੀ ਲੈਣੀ ਹੈਗੀ ਆ, ਜਿਹੜੀ ਆਪਣੇ ਰੂਹਾਂ ਵਿਛੜ ਗਈਆਂ ਹਨ। ਆਪਾਂ ਹਰ ਰੋਜ਼ ਦੇਖਦੇ ਹਾਂ ਕੋਈ ਨਾ ਕੋਈ ਜਾ ਰਿਹਾ ਹੈਗਾ, ਸੋ ਉਹਦੀ ਜਿਹੜੀ ਕਿਰਪਾ ਦੇ ਨਾਲ ਹੀ ਹੈਗਾ ਜਿਹੜਾ ਆਪਣਾ ਵੀ ਟਾਈਮ ਜਿਹੜਾ ਪਾਸ ਹੋਣਾ ਹੈਗਾ, ਗਾਂ ਪਤਾ ਨਹੀਂ ਕਿੰਨਾ ਹੈਗਾ, ਕਿਹਨੇ ਵੀ ਚੱਲ ਜਾਣਾ ਹੈ, ਕੌਣ ਇੱਥੇ ਹੈਗਾ। ਸੋ ਅਗਲਾ ਸ਼ਬਦ ਹੈਗਾ ਰਾਗ ਕੇ ਦਾਰਾ ਹੈਗਾ, ਇਹ ਗੁਰੂ ਗ੍ਰੰਥ ਸਾਹਿਬ 1124 ਸਫ਼ੇ 'ਤੇ ਅੰਮ੍ਰਿਤ ਬਾਣੀ ਦਾ 91 ਖੱਟ। ਕਰਮ ਕੁਲ ਸੰਜਗਤ ਹੈ ਹਰ ਭਗਤ ਹਿਰਦੇ ਨਾਹੀਂ, ਚਰਨਾਰ ਬਿਨਾਂ ਕਥਾ ਪਾਵੇ ਸਪੁੱਛ ਤੁਲ ਸਮਾਨ, ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕੇ ਲੇਖ, ਕਿਸ ਜਾਤ 'ਤੇ ਕਹਿ ਪਦੇ ਅਮਰਿਓ ਭਗ ਰਾਮ ਭਗਤ ਵਸੇਖ, ਹੋ ਸੁਆਨ ਸਤਰ ਆਦ ਸਭ 'ਤੇ ਕਿਸਨ ਲਾਵੇ ਹੇਤ, ਲੋਕ ਬਾਪਰਾ ਕਿਆਸ ਰਾਹੇ ਤੀਨ ਲੋਕ ਪ੍ਰਵੇਸ, ਅਜਾਮਾਲ ਪਿੰਗਲਾ ਲੂੰਬਤ ਕੁੰਚਰ ਗਏ ਹਰ ਕੇ ਪਾਸ, ਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਧਰੇ ਰਵਿਦਾਸ। ਅਜਾਮਾਲ ਪਿੰਗਲਾ ਲੂੰਬਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਧਰੇ ਰਵਿਦਾਸ। ਇਹਦੇ ਵਿੱਚ ਵੀ ਹੈ ਕਿਉਂਕਿ ਜ਼ਿਆਦਾ ਪ੍ਰਭੂ ਪਰਮਾਤਮਾ ਦੇ ਅੱਗੇ ਕਹਿੰਦੇ ਆਪਾਂ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ, ਅਤੇ ਗਾ ਵੀ ਉਹਨੇ ਵੀ ਦੱਸਿਆ ਵੀ ਹੈਗਾ ਜਿਹੜੇ ਲੋਕ ਜਿਹੜੇ ਹੈਗੇ ਕਾਫੀ ਪਾਪੀ, ਉਹਨਾਂ ਕੋਲ ਪਾਪ ਹੋ ਗਏ ਸੀਗੇ ਜਾਂ ਜਿੱਦਾਂ ਹੈਗੇ ਬਹੁਤ ਹੀ ਗਲਤੀਆਂ ਹੋ ਗਈਆਂ ਸੀਗੀਆਂ, ਅਤੇ ਉਹਨਾਂ ਦੇ ਨਾਮ ਬਾਰੇ ਵੀ ਦੱਸਿਆ ਹੈਗਾ ਉਹਨੀ ਵੀ ਕਿੱਦਾਂ ਕਿੱਦਾਂ ਉਹਨਾਂ ਕੋਲ ਗਲਤੀਆਂ ਹੋਈਆਂ, ਫਿਰ ਉਹਨੇ ਜਿਹੜੀਆਂ ਆਪਣੀਆਂ ਗਲਤੀਆਂ ਛੱਡ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੈਗੇ ਆ, ਤਾਂ ਉਹਨਾਂ ਨੂੰ ਕਿੱਦਾਂ ਜਿਹੜੇ ਹੈਗੇ ਉਹਨਾਂ ਦਾ ਵੀ ਜਿਹੜਾ ਹੈਗਾ, ਅਤੇ ਪ੍ਰਭੂ ਪਰਮਾਤਮਾ ਨੇ ਉਹਨਾਂ ਨੂੰ ਜਿਹੜੀ ਹੈਗੇ ਉਹਨਾਂ ਦਾ ਹੈਗੇ ਆ ਗਲਤੀਆਂ ਮਾਫ਼ ਕੀਤੀਆਂ, ਤਾਂ ਉਹਨਾਂ ਨੇ ਆਪਣੇ ਜਿਹੜੇ ਹੈਗੇ ਆ ਅਤੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈਗਾ ਕਿ ਅਤੇ ਕਿਉਂਕਿ ਜਿਹੜੀ ਪ੍ਰਭੂ ਪਰਮਾਤਮਾ ਦੀ ਭਗਤੀ ਕਹਿੰਦੇ ਹੈਗੇ ਸਾਰਿਆਂ ਨਾਲ ਉੱਤਮ ਹੈ ਜੀ ਹੈਗਾ, ਸਾਰਾ ਕੋਈ ਹੈਗਾ ਨਾਮ ਜਪਣਾ ਹੈਗਾ ਜਿੰਨਾ ਹੈਗਾ ਉਹਦੀ ਭਗਤੀ ਕਰਨੀ ਜਿੰਨਾ ਹੈਗਾ ਇੱਕ ਮਨ ਚਿੱਤ ਹੋ ਕੇ, ਕਿਉਂਕਿ ਬਾਕੀ ਤਾਂ ਆਪਾਂ ਜਿਹੜਾ ਟਾਈਮ ਹੈਗਾ 24 ਘੰਟੇ ਕੋਈ ਹੈਗਾ ਖਾ ਪੀ ਕੇ ਕੰਮਾਂ ਕਾਰਾਂ ਜਾਂ ਹੈਗਾ ਸੌਂ ਕੇ ਗੁਆ ਦਿੰਦੇ ਹੈਗੀਆਂ, ਅਤੇ ਜਿਹੜਾ ਪ੍ਰਭੂ ਪਰਮਾਤਮਾ ਦੇ ਆਪਾਂ ਨਾਮ ਦੇ ਨਾਲ ਹੈਗਾ ਜੁੜਨਾ ਹੈਗਾ ਟਾਈਮ ਕੱਢ ਕੇ, ਇਹਦੀ ਜਿਹੜੀ ਹੈਗੀ ਹੈ ਇਹਦੇ ਵਿੱਚ ਆਪਾਂ ਨੂੰ ਸ਼ਕਤੀ ਮਿਲਦੀ ਹੈਗੀ ਹੈ, ਜਾਂ ਸਿਰਫ ਇਹ ਹੀ ਹੈਗਾ ਵੀ ਆਪਾਂ ਦੇ ਪ੍ਰਭੂ ਪਰਮਾਤਮਾ ਨਾਮ ਜਪਣ ਦਾ ਟਾਈਮ ਨਹੀਂ ਹੈਗਾ ਕੱਢ ਸਕਦੇ, ਜਾਂ ਜਦੋਂ ਆਪਾਂ ਤੋਂ ਜਿਹੜਾ ਧਿਆਨ ਨਹੀਂ ਉਦੋਂ ਲੱਗਦਾ ਹੈਗਾ।
ਸੋ ਜਿਹਦਾ ਵੀ ਧਿਆਨ ਲੱਗ ਜਾਂਦਾ ਹੈਗਾ ਉਹ ਕੋਟ ਕੋਟ ਪ੍ਰਣਾਮ ਹੈਗੇ ਉਹ ਜਿੱਦਾਂ ਹੈਗੇ ਅਤੇ ਹੈਗਾ ਨਹਾਸੇ ਅਤੇ ਇਹਨਾਂ ਬਹੁਤ ਸਾਰੇ ਆਪਣੇ ਮਹਾਂਪੁਰਸ਼ਾਂ ਦਾ ਉਹਨੇ ਦੱਸਿਆ ਮਹਾਰਿਸ਼ੀ ਆਪਣੇ ਭਗਵਾਨ ਵਾਲਮੀਕਿ ਦਾ ਵੀ ਦੱਸਿਆ ਹੈ ਕਿ ਕਹਿੰਦੇ ਉਹਨੇ ਵੀ ਜਿਹੜੀ ਹੈਗੀ ਜੇ ਉਹਨਾਂ ਦੇ ਹੈਗੇ ਆ ਅਤੇ ਆਪਣੀ ਭਗਤੀ ਦੀ ਕਹਿੰਦੇ ਹੈਗੇ ਨੂੰ ਵੀ ਭਗਤੀ ਕੀਤੀ ਪ੍ਰੇਰਨਾ ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਹੈਗਾ ਅਤੇ ਸਫਲ ਹੋ ਗਿਆ ਹੈਗਾ ਅਤੇ ਉਹਨਾਂ ਨੂੰ ਵੀ ਕਹਿੰਦੇ ਦੇਖ ਲਓ ਜਿੱਦਾਂ ਹੈਗਾ ਵੀ ਬਹੁਤ ਸ਼ੂਦਰ ਆਪਣੇ ਛੋਟੇ ਸਮਝਿਆ ਆਇਆ ਸੀਗਾ ਜਿੱਦਾਂ ਹੈਗਾ ਅਤੇ ਉਹ ਵੀ ਕਹਿੰਦੇ ਹੈਗੇ ਭਗਤੀ ਕਰਕੇ ਕਹਿੰਦੇ ਹੈਗੇ ਦੇਖ ਲਓ ਉਹਨੇ ਵੀ ਕਾਫੀ ਜਿੱਦਾਂ ਹੈਗਾ ਪਹੁੰਚ ਕੇ ਅਤੇ ਉਹਨਾਂ ਦਾ ਨਾਮ ਵੀ ਜਿਹੜਾ ਹੈਗਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਆਇਆ ਤਾਂ ਆਪਾਂ ਸਾਰੇ ਉਹਨਾਂ ਦਾ ਵੀ ਨਾਮ ਹੈਗਾ ਕੋਟ ਕੋਟ ਪ੍ਰਣਾਮ ਕਰਦੇ ਹੈਗੇ ਉਹਨਾਂ ਨੂੰ ਕਹਿੰਦੇ ਅਤੇ ਉਹਨਾਂ ਦੀ ਮਹਿਮਾ ਵੀ ਕਹਿੰਦੇ ਹੈਗੇ ਤਿੰਨਾਂ ਲੋਕਾਂ ਦੇ ਵਿੱਚ ਸਾਰੇ ਬ੍ਰਹਿਮੰਡ ਵਿੱਚ ਹੁੰਦੀ ਹੈਗੀ ਆ ਅਤੇ ਇਹ ਹੀ ਕਹਿੰਦੇ ਹੈਗੇ ਪ੍ਰਭੂ ਪਰਮਾਤਮਾ ਦੀ ਭਗਤੀ ਦੇ ਵਿੱਚ ਜਿਹੜੇ ਹੈਗੇ ਆ ਸ਼ਕਤੀ ਹੈਗੀ ਆ ਜਿਹੜੇ ਹੈਗੇ ਆ ਅਤੇ ਦੁੱਖ ਕਲੇਸ਼ਾਂ ਦਾ ਨਾਸ਼ ਕਰਦਾ ਹੈਗਾ ਜਿਹੜੇ ਹੈਗੇ ਨੀਚਿਆਂ ਨੂੰ ਉੱਚੇ ਕਰਨ ਵਾਲਾ ਹੈਗਾ ਅਤੇ ਦਾਸੀ ਜਿੱਦਾਂ ਹੈਗਾ ਅਤੇ ਬਾਕੀ ਵਿਆਖਿਆ ਤਾਂ ਕਿਉਂਕਿ ਜਿਹੜੀ ਹੈਗੀ ਆ ਬਾਣੀ ਹੈਗੀ ਆ ਕਿਸੇ ਉਹਨੀ ਨਾਲ ਹੀ ਹੈਗੇ ਆ ਹੋ ਸਕਦਾ ਜਿੱਥੇ ਵੀ ਇਹ ਸ਼ਬਦ ਹੈਗੇ ਉਹਨੀ ਕੋਈ ਨਾ ਕੋਈ ਐਸੀ ਘਟਨਾ ਜਾਂ ਹੋਈ ਜਾਂ ਉਹਨੀ ਹੈਗੇ ਸਾਰੇ ਦੱਸੇ ਔਰ ਜਿਹੜੇ ਹੈਗੇ ਆ ਅਤੇ ਵਰਨਣ ਕਰਕੇ ਦੱਸੀ ਲੋਕਾਂ ਨੂੰ ਸਮਝਾਉਣ ਲਈ ਬਹੁਤ ਹੀ ਆਪਣੇ ਵੀ ਹੈਗਾ ਥਾਂ ਥਾਂ ਜਾ ਕੇ ਜਾਂ ਜਿੱਦਾਂ ਹੈਗੇ ਅਤੇ ਉਹਨੇ ਆਪਣੇ ਪ੍ਰਚਾਰ ਕੀਤਾ ਹੈਗਾ ਇਹ ਹੀ ਉਹਨਾਂ ਦਾ ਸੀਗਾ ਸਾਰੀ ਜਿੱਦਾਂ ਵੀ ਇੰਡੀਆ ਦੇ ਵਿੱਚ ਸਾਰੇ ਇੱਕ ਜਗ੍ਹਾ ਗਏ ਹੈਗੇ ਚਾਰੇ ਪਾਸੇ ਹੋਰ ਬਾਹਰ ਵੀ ਜਿੱਦਾਂ ਜਾ ਹੋਇਆ ਤਾਂ ਉਹਨੇ ਜਿੱਦਾਂ ਸੀਗਾ ਬਾਣੀ ਥਾਂ ਥਾਂ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਅਤੇ ਸਾਰੇ ਮਹਾਂਪੁਰਸ਼ਾਂ ਮੋਸਟਲੀ ਜਿਹੜੇ ਹੈਗੇ ਸਾਰੇ ਮਹਾਂਪੁਰਸ਼ਾਂ ਨੇ ਕਹਿੰਦੇ ਹਨ ਕਿ ਖੱਟ ਕਰਮ ਕੁਲ ਸੰਜਾਇਤਾ ਹੈ ਹਿਰਦੇ ਹਰ ਭਗਤ ਹਿਰਦੇ ਨਾਹੇ ਚਰਨਾਰ ਬਿੰਦਨਾ ਕਥਾ ਭਾਵੇ ਸਵੱਚ ਤੁਲ ਸਮਾਨ ਕਹਿੰਦੇ ਕਿ ਵੀ ਕਾਵੇ ਕੋਈ ਜਿੱਦਾਂ ਆਪਣੇ ਆਪ ਨੂੰ ਉੱਚਾ ਸਮਝੇ ਜਾਂਦੇ ਕੁੱਲਾ ਹੋਵੇ ਅਤੇ ਕਾਵੇ ਕਹਿੰਦੇ ਹੈਗੇ ਜੇ ਛੇ ਕਰਮ ਉਹਦੇ ਕਹਿੰਦੇ ਵਿੱਦਿਆ ਪੜ੍ਹਨੀ ਪੜ੍ਹਾਉਣੀ ਜਾਂ ਕਰਨਾ ਕਰਾਉਣਾ ਦਾਨ ਕਰਨਾ ਕਰਾਉਣਾ ਕਹਿੰਦੇ ਇੱਦਾਂ ਦੇ ਕੰਮ ਵੀ ਕਰਦਾ ਹੋਵੇ ਕਿ ਕਹਿੰਦੇ ਪ੍ਰਭੂ ਪਰਮਾਤਮਾ ਦੀ ਜਿਹੜੀ ਹੈਗੀ ਭਗਤੀ ਨਹੀਂ ਅਤੇ ਉਹਦੇ ਕਹਿੰਦੇ ਹੈਗੇ ਤਾਂ ਉਹ ਕਹਿੰਦੇ ਪ੍ਰਭੂ ਪਰਮਾਤਮਾ ਦੀ ਕਥਾ ਨਹੀਂ ਪਾਉਂਦੀ ਕਹਿੰਦੇ ਉਹ ਤਾਂ ਕਹਿੰਦੇ ਜੀ ਦੇ ਸੋ ਦੇਖ ਲਓ ਕਹਿੰਦੇ ਹਨ ਕਿ ਜਿਹੜੇ ਵਿੱਦਿਆ ਪੜ੍ਹਨੀ ਪੜ੍ਹਾਉਣੀ ਜਾਂ ਕਰਨਾ ਅਤੇ ਕਰਾਉਣਾ ਦਾਨ ਕਰਨਾ ਅਤੇ ਕਰਾਉਣਾ ਛੇ ਗੱਲਾਂ ਕਹਿੰਦੇ ਪਰ ਜੇ ਕਹਿੰਦੇ ਪ੍ਰਭੂ ਪਰਮਾਤਮਾ ਇਹ ਕਰਦਾ ਪਰ ਪ੍ਰਭੂ ਪਰਮਾਤਮਾ ਦੇ ਨਾਮ ਉਹਦੇ ਹੈਗੇ ਮਨ 'ਚ ਹੈ ਨਹੀਂ ਗਾ ਅਤੇ ਕਹਿੰਦੇ ਫਿਰ ਵੀ ਚੀਜ਼ਾਂ ਕਹਿੰਦੇ ਨਹੀਂ ਫੈਲੀ ਜਾਂਦੀਆਂ ਹੈਗੀਆਂ ਅਤੇ ਅੱਗੇ ਫਰਮਾਉਂਦੇ ਹਨ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਵਾਲਮੀਕੇ ਕਿਸ ਜਾਤ 'ਤੇ ਕਹਿ ਪਦੇ ਅਮਰਿਓ ਭਗਤ ਅਮਰਿਓ ਰਾਮ ਭਗਤ ਬਸੇਖ ਇਹ ਕਹਿੰਦੇ ਅਚੇਤ ਚਿੱਤ ਮੈਨੂੰ ਤੇਰਾ ਮੈਂ ਤੈਨੂੰ ਚੇਤਾ ਕਰਾਉਂਦਾ ਹਾਂ ਕਿ ਕਹਿੰਦੇ ਪ੍ਰਭੂ ਪਰਮਾਤਮਾ ਦੇ ਹਿਰਦੇ ਵੀ ਕਹਿੰਦੇ ਚੇਤਾ ਕਰਾਉਂਦਾ ਹੈਗਾ ਜਿੱਦਾਂ ਆਪਾਂ ਵੀ ਕਹਿ ਦਈਏ ਤੂੰ ਮਨ ਵੀ ਹੈਗਾ ਜਿੱਦਾਂ ਅਤੇ ਆਪਣੀ ਜਿਹੜੀ ਪ੍ਰਭੂ ਪਰਮਾਤਮਾ ਨੂੰ ਚੇਤੇ ਕਰ ਜਿੱਦਾਂ ਹੈਗਾ ਅਤੇ ਕਹਿੰਦੇ ਮਹਾਰਿਸ਼ੀ ਭਗਵਾਨ ਵਾਲਮੀਕਿ ਕਾਲ ਨੂੰ ਕਿਉਂ ਦੇਖਦਾ ਕਹਿੰਦੇ ਉਹਦੇ ਕਹਿੰਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈਗੀ ਆ ਅਤੇ ਕਹਿੰਦੇ ਹਨ ਕਿ ਜੇ ਛੋਟੀ ਕਹਿੰਦੇ ਹੈਗੇ ਕਿ ਜਿਹਨੂੰ ਸ਼ੂਦਰ ਜੇ ਉਸ ਜਾਤ ਵਿੱਚ ਉਹਦਾ ਜਨਮ ਹੋਇਆ ਜਿਹਨੂੰ ਸ਼ੂਦਰ ਸਮਝਿਆ ਜਾਂਦਾ ਸੀ ਅਤੇ ਕਹਿੰਦੇ ਉਹਨੇ ਪ੍ਰਭੂ ਪਰਮਾਤਮਾ ਦੀ ਭਗਤੀ ਕੀਤੀ ਅਤੇ ਉਹਦੇ ਕਰਕੇ ਦੇਖ ਲਓ ਕਹਿੰਦੇ ਹਨ ਕਿੱਥੇ ਪਹੁੰਚ ਗਏ ਹਨ ਹੈਗੀ ਆ ਅਤੇ ਕਹਿੰਦੇ ਉਹ ਵੀ ਅਮਰ ਹੋ ਗਏ ਹਨ ਸੋ ਇਸ ਤਰ੍ਹਾਂ ਦੀ ਕਹਿੰਦੀ ਹੈ ਪ੍ਰਭੂ ਪਰਮਾਤਮਾ ਦੇ ਭਗਤੀ ਵਿੱਚ ਇਸ ਤਰ੍ਹਾਂ ਹੈਗਾ ਅਤੇ ਲੋਕ ਚਾਹੇ ਜਿੱਦਾਂ ਮਰਜ਼ੀ ਉਹਨਾਂ ਸ਼ੂਦਰ ਸਮਝਦੇ ਸੀਗੇ ਪਰ ਉਹ ਜੇ ਪ੍ਰਭੂ ਪਰਮਾਤਮਾ ਦੇ ਜਿਹੜੇ ਹੈਗੇ ਆ ਅਤੇ ਨਾਲ ਕਹਿੰਦੇ ਉਹਨਾਂ ਦੇ ਨਾਲ ਹੈਗਾ ਭਗਤੀ ਕਰਕੇ ਜਿੱਦਾਂ ਇਨਸਾਨ ਜਿਹੜਾ ਹੈ ਕਿੱਥੋਂ ਕਿੱਥੇ ਪਹੁੰਚ ਜਾਂਦਾ ਹੈਗਾ ਉਹਨੂੰ ਜਿਹੜੇ ਰਾਜੇ ਮਹਾਰਾਜ ਵੀ ਜਿਹੜੇ ਹੈਗੇ ਆ ਸਾਰੇ ਹੈਗੇ ਆ ਹੋਰ ਵੀ ਜਿਹੜੇ ਹੈਗੇ ਦੁਨੀਆਂ ਦੀ ਪ੍ਰਣਾਮ ਕਰਦੀ ਹੈਗੀ ਆ ਸੋ ਐਸੇ ਮਹਾਂਪੁਰਸ਼ਾਂ ਨੂੰ ਸਾਡਾ ਵੀ ਕੋਟ ਕੋਟ ਪ੍ਰਣਾਮ ਹੈਗਾ ਹੈ ਸਵਾਨ ਸਤਰ ਆਜ਼ਾਦ ਸਭ 'ਤੇ ਕਿਸਨ ਲਾਵੇ ਹੇਤ ਲੋਕ ਵਾਪਰਾ ਕਿਆ ਸਰਾਗੇ ਤੂੰ ਲੋਕ ਪਰਸੇ
ਕਹਿੰਦੇ ਮਹਾਰਿਸ਼ੀ ਨੇ ਕਹਿੰਦੇ ਹਰਿ ਭਗਵਾਨ ਨੇ ਕਹਿੰਦੇ ਜਿਹਨਾਂ ਕਹਿੰਦੇ ਵਿਕਾਰਾਂ ਤੋਂ ਕਹਿੰਦੇ ਜਿੱਤ ਪ੍ਰਾਪਤ ਕੀਤੀ, ਕਹਿੰਦੇ ਉਹਨਾਂ ਦੇ ਕਹਿੰਦੇ ਹੈਗੇ ਜਾਣ 'ਤੇ ਕਹਿੰਦੇ ਆਪਾਂ ਸੁਣਿਆ ਕਿ ਹੋ ਗਏ ਉਹਨਾਂ ਦਾ ਜਿਹੜਾ ਹੈਗਾ ਪਾਣ ਮਾਲਾ ਕਹਿੰਦੇ ਹੈਗੇ ਆ ਜੱਗ ਸਪੂਰਨ ਨਹੀਂ ਸੀ ਹੁੰਦਾ ਹੈਗਾ ਅਤੇ ਕਹਿੰਦੇ ਉਹਨਾਂ ਨੇ ਕਿ ਅਤੇ ਜਿੱਦਾਂ ਹੈਗਾ ਉਹਨੇ ਫਿਰ ਦੱਸਿਆ ਵੀ ਹੈਗਾ ਜਦ ਤਾਂ ਵੀ ਆਪਣੇ ਭਗਵਾਨ ਬਾਲਕ੍ਰਿਸ਼ਨ ਜੀ ਨੇ ਕਿ ਕ੍ਰਿਸ਼ਨ ਮਹਾਰਾਜ ਤੋਂ ਵੀ ਜਿੱਦਾਂ ਹੈਗਾ ਉਹਨੇ ਸਲਾਹ ਲਈ ਤਾਂ ਉਹਨੇ ਕਹਿੰਦੇ ਜਗਤਾਂ ਵੀ ਉਹ ਕਹਿੰਦੇ ਹੈਗੇ ਮਹਾਰਿਸ਼ੀ ਭਗਵਾਨ ਬਾਲਕ੍ਰਿਸ਼ਨ ਜੀ ਦੇ ਕਹਿੰਦੇ ਚੰਨ ਕਹਿੰਦੇ ਕਹਿੰਦੇ ਉਹਨਾਂ ਨੇ ਧੋ ਕੇ ਜਿੱਦਾਂ ਹੈਗਾ ਉਹਨਾਂ ਨੂੰ ਜਦ ਤਾਂ ਉਹ ਨਹੀਂ ਆਉਂਦੇ ਕਹਿੰਦੇ ਹੈਗੇ ਆ ਅਤੇ ਉਹਨਾਂ ਨਾਲ ਕਹਿੰਦੇ ਹੈਗੇ ਆ ਤੁਸੀਂ ਹੈਗਾ ਉਹਨਾਂ ਨੂੰ ਲੈ ਕੇ ਆਓ ਅਤੇ ਉਹਨਾਂ ਦੀ ਕਹਿੰਦੇ ਹੈਗੇ ਆ ਉਹਨਾਂ ਨਾਲ ਪ੍ਰੇਮ ਕਰਨ ਉਹਨਾਂ ਦੀ ਹੈਗੀ ਆ ਮਹਿਮਾ ਕਰਨੀ ਹੈਗੀ ਆ ਅਤੇ ਕਹਿੰਦੇ ਲੋਕ ਜਿੱਦਾਂ ਹੈਗਾ ਜਿਹਨਾਂ ਦੀ ਹੈਗੀ ਕਹਿੰਦੇ ਬਾਕੀ ਲੋਕ ਵੀ ਹੈਗੇ ਮਹਿਮਾ ਉਹਨਾਂ ਦੀ ਹੋ ਰਹੀ ਹੈ ਤੁਸੀਂ ਵੀ ਜਿਹੜਾ ਹੈਗਾ ਉਹਨਾਂ ਦਾ ਸਤਿਕਾਰ ਕਰੋ ਅਤੇ ਜਿਹੜੀ ਹੈਗੀ ਆ ਅਤੇ ਜਿਹੜੇ ਵੀ ਸਤਿਕਾਰ ਕਰਦੇ ਹਨ ਫਿਰ ਉਹਨਾਂ ਦੇ ਵਿੱਚ ਜਿੱਦਾਂ ਜੱਗ ਵੀ ਉਹਨਾਂ ਦਾ ਸਫਲ ਹੋਇਆ ਹੈਗਾ ਅਤੇ ਨਹੀਂ ਤਾਂ ਉਹਨੀ ਵੀ ਹੈਗਾ ਚੇਤਾ ਭੁਲਾ ਦਿੱਤਾ ਸੀਗਾ ਪਰ ਉਹਨੀ ਹੈਗਾ ਅਤੇ ਕਹਿੰਦੇ ਹਨ ਕਿ ਉਹਨਾਂ ਦਾ ਜਿਹੜਾ ਜੱਗ ਹੈਗਾ ਅਤੇ ਉਹਨਾਂ ਦੇ ਨਾਲ ਹੀ ਹੈਗਾ ਅਤੇ ਪਤਾ ਨਹੀਂ ਉੱਥੇ ਕਿੰਨੇ ਹੋਰ ਵੱਡੇ ਵੱਡੇ ਆਪ ਨੂੰ ਕਹਾਉਂਦੇ ਹੋਊਗੇ ਪਰ ਜੇ ਕਹਿੰਦੇ ਜਦ ਤਾਂ ਹੀ ਹੈਗੇ ਭਗਵਾਨ ਬਾਲਮੀਕ ਦੇ ਆਉਣ ਦੇ ਨਾਲ ਹੀ ਹੈਗਾ ਅਤੇ ਜਿਹੜਾ ਉਹਨਾਂ ਦਾ ਜੱਗ ਜਿਹਾ ਸਪੂਰਨ ਹੋਇਆ ਸੀਗਾ। ਸੋ ਅੱਗੇ ਫਰਮਾਉਂਦਾ ਅਜਾਵਾ ਪਿੰਗਲਾ ਕੁੰਪਤ ਕੁੰਚਰ ਲੂੰਪਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਰੇ ਤੂੰ ਕਿਉਂ ਨਾ ਤਰਵੇ। ਅਤੇ ਕਹਿੰਦੇ ਅਜਾਮਾਲ ਵੀ ਪਾਪੀ ਸੀਗਾ, ਕਹਿੰਦਾ ਪਿੰਗਲਾ ਵੀ ਜਨਕਪੁਰੀ ਦੀ ਬੇਸਵਾ ਸੀਗੀ ਦੁਰਲਭ ਸ਼ਿਕਾਰੀ ਸੀਗਾ ਅਤੇ ਕੰਚਰ ਹਾਥੀ ਸਾਰੇ ਪਰਮਾਤਮਾ ਕਹਿੰਦੇ ਹਨ ਉਹਦੇ ਚੱਲ ਗਏ ਹੈਗੇ। ਸੋ ਇਕੱਲੇ ਇਕੱਲੇ ਕਹਿੰਦੇ ਹਨ ਕਿ ਇਹਨਾਂ ਦੀ ਜਿਹੜੀ ਹੈਗੀ ਆ ਅਤੇ ਅਜਾਮਾਲ ਦੀ ਵੀ ਸਟੋਰੀ ਹੈ, ਕਹਿੰਦੇ ਆ ਵੀ ਆਪਣੇ ਰਾਜੇ ਦਾ ਪੁੱਤਰ ਸੀਗਾ ਹੋ ਰਹਿਣ ਕਹਿੰਦੇ ਅਤੇ ਉਹ ਕਹਿੰਦੇ ਵੀ ਹਰ ਰੋਜ਼ ਕਹਿੰਦੇ ਜਾਂਦਾ ਸੀ ਕਿ ਵਿੱਦਿਆ ਪ੍ਰਾਪਤ ਕਰਨ ਦਿਆਂਗਾ ਜੋ ਕਹਿੰਦੇ ਹੈਗੇ ਉਹਨੂੰ ਵੀ ਸ਼ਬਦ ਪੜ੍ਹਦਾ ਸੁਣਦਾ ਉਹ ਕਹਿੰਦੇ ਕੰਠ ਕਰ ਲਿਆ ਸੀਗਾ ਅਤੇ ਕਹਿੰਦੇ ਸੀਗੇ ਉਹਨੇ 20 ਸਾਲਾਂ ਬਾਅਦ ਕਾਫੀ ਵੀ ਹੈਗਾ ਉਹਦੇ 10 ਸਾਲਾਂ ਕਹਿੰਦੇ 20 ਸਾਲਾਂ ਦੀ ਵਿੱਦਿਆ ਕਹਿੰਦੇ 10 ਸਾਲਾਂ 'ਚ ਉਹਨੇ ਕਹਿੰਦੇ ਪ੍ਰਾਪਤ ਕਰ ਲਈ ਸੀਗੀ ਅਤੇ ਕਹਿੰਦੇ ਅਕਸ ਕਹਿੰਦੇ ਉਹਨੂੰ ਸ਼ਹਿਰ ਤੋਂ ਬਾਹਰ ਆਉਣ ਜਾਣ ਦੇ ਇੱਦਾਂ ਰੋਕਦੇ ਸੀਗੇ ਅਤੇ ਕਹਿੰਦੇ ਇੱਕ ਦਿਨ ਉਹਨੇ ਵੀ ਜਿੱਦਾਂ ਉਹਨੂੰ ਆਪਣੇ ਕਹਿੰਦੇ ਹੁੰਦੇ ਵੀ ਤੂੰ ਇਹ ਆਹ ਕੰਮ ਕਰੀ ਜਾ ਇੱਥੇ ਨਹੀਂ ਜਾਣਾ ਇੱਥੇ ਆਇਆ ਪਰ ਉਹਨੇ ਕਹਿੰਦੇ ਇਹ ਉਹਨਾਂ ਦਾ ਕਹਿਣਾ ਨਹੀਂ ਮੰਨਿਆ ਹੈਗਾ ਅਤੇ ਜਿੱਦਾਂ ਹੈਗਾ ਅਤੇ ਉਹ ਆਪਣੇ ਬੇਸਵਾ ਦੇ ਇਲਾਕੇ ਚਲਾ ਗਿਆ ਉੱਥੇ ਹੈਗਾ ਅਤੇ ਜਿੱਦਾਂ ਉੱਧਰ ਉਹਦੇ ਮੂੰਹ ਉਹਦਾ ਵੀ ਉੱਧਰ ਪੈ ਗਿਆ ਹੈਗਾ ਅਤੇ ਜਿਹੜੇ ਹੈਗੇ ਆ ਫਿਰ ਉਹਦਾ ਜਿਹੜਾ ਧਿਆਨ ਸੀਗਾ ਉੱਧਰ ਨੂੰ ਹੈਗਾ ਅਤੇ ਪੜ ਪੜ੍ਹਾਈ ਦੇ ਵਿੱਚ ਨਹੀਂ ਲੱਗਦਾ ਸੀਗਾ ਅਤੇ ਬਾਅਦ ਵਿੱਚ ਕਹਿੰਦੇ ਹਨ ਕਿ ਜਿੱਦਾਂ ਹੈਗਾ ਅਤੇ ਉਹ ਜਿਹੜੇ ਹੈਗੇ ਆ ਅਤੇ ਉਹਦੇ ਫਿਰ ਜਦੋਂ ਰਾਜੇ ਨੂੰ ਵੀ ਫਿਕਰ ਹੁੰਦਾ ਜਦੋਂ ਕੋਈ ਵੀ ਹੈਗਾ ਇਨਸਾਨ ਜਿਹੜੇ ਮਾਂ ਬਾਪ ਦਾ ਪੁੱਤਰ ਜਿਹੜਾ ਹੈਗਾ ਦੂਸਰੇ ਪਾਸੇ ਚੱਲ ਜਾਵੇ ਤਾਂ ਉਹਨੂੰ ਵੀ ਹੈਗਾ ਅਤੇ ਅਗਲੇ ਕਹਿੰਦੇ ਚਲੋ ਵੀ ਹੈਗਾ ਇਹਨੂੰ ਹੈਗਾ ਵੀ ਅਤੇ ਵਿਆਹ ਕਰ ਦਿਓ ਵਿਆਹ ਵਿੱਚ ਜਿੱਦਾਂ ਹੈਗਾ ਤਾਂ ਉਹਨੇ ਕਹਿੰਦੇ ਹੈਗਾ ਦੇਖਿਆ ਜਿੱਦਾਂ ਹੈਗਾ ਅਤੇ ਉਹ ਕਹਿੰਦੇ ਮਾਪੇ ਉਹਨੂੰ ਸ਼ਾਇਦ ਉਹਦੇ ਕਹਿੰਦੇ ਘਰ ਵਾਲੀ ਵੀ ਬਹੁਤ ਵੀ ਹੈਗਾ ਵੀ ਸਮਝਦਾਰ ਸੀਗੀ ਉਹ ਕਹਿੰਦੀ ਹੈਗੀ ਅਰਦਾਸ ਜਿੱਦਾਂ ਅਤੇ ਉਹ ਵੀ ਸਾਧੂ ਮਹਾਤਮਾ ਦੇ ਨਾਲ ਜਿੱਦਾਂ ਹੈਗਾ ਅਤੇ ਉਹਨਾਂ ਦਾ ਸੀਗਾ ਵੀ ਆਪਣੇ ਹੈਗਾ ਇੱਜ਼ਤ ਮਾਣ ਕਰਦੇ ਸੀਗੇ ਅਤੇ ਉਹਨੇ ਫਿਰ ਜਿਹੜਾ ਹੈਗਾ ਸਜਾ ਦਿੱਤਾ ਉਹਨਾਂ ਨੂੰ ਹੈਗਾ ਅਤੇ ਕਹਿੰਦੇ ਹੈਗੇ ਉਹਦੇ ਨਾਲ ਜਿੱਦਾਂ ਹੈਗਾ ਅਤੇ ਬੇਨਤੀ ਕੀਤੀ ਹੈਗੀ ਆ ਉਹਨੀ ਸੰਤ ਅਤੇ ਉਹਨਾਂ ਨੂੰ ਹੈਗਾ ਅਤੇ ਕਥਾ ਕਾਫੀ ਲੰਮੀ ਹੈਗੀ ਹੈ ਕਹਿੰਦੇ ਹਨ ਕਿ ਜਾਂ ਉਹਨਾਂ ਦੇ ਅਤੇ ਉਹਨਾਂ ਦਾ ਵੀ ਜਿਹੜੇ ਪਾਰ ਉਤਾਰਾ ਹੋ ਗਿਆ ਜਿੱਦਾਂ ਹੈਗਾ ਅਤੇ ਪਿੰਗਲਾ ਵੀ ਕਹਿੰਦੇ ਹੈਗੇ ਇਸ ਤਰ੍ਹਾਂ ਸੀਗੇ ਉਹ ਬੇਸਬਾ ਜਿਹੜੇ ਆਪਣੇ ਹੈਗੇ ਆ ਅਤੇ ਉਹਦਾ ਵੀ ਕੰਮ ਤਾਂ ਆਪਣ ਕਹਿੰਦੇ ਹਨ ਕਿ ਜਿੱਦਾਂ ਹੈਗਾ ਕੋਈ ਵੀ ਕਹਿੰਦੇ ਇੱਥੇ ਜ਼ਿਆਦਾ ਇਹ ਦੱਸੇ ਉਹਨੇ ਕਿਉਂਕਿ ਉਹ ਵੀ ਮਾੜੇ ਕੰਮ ਕਰਦੇ ਸੀ ਜਿੱਦਾਂ ਹੈਗੀ ਆ ਅਤੇ
ਕਹਿੰਦੇ ਉਹਦਾ ਆਪਣੇ ਦੇਖਦੇ ਸੀ ਕੋਈ ਵੀ ਉਹਨੂੰ ਗਾਹਕ ਨਹੀਂ ਮਿਲਿਆ ਹੈਗਾ ਜਿੱਦਾਂ ਦੇਖ ਕੇ ਹੈਗਾ, ਅਤੇ ਉਹਦਾ ਪੈਸੇ ਜਿੱਦਾਂ ਕੋਈ ਧੰਦਾ ਜਿਹੜਾ ਸੀਗਾ ਉਹ ਵੀ ਇੱਦਾਂ ਦੇਖਿਆ, ਪਰ ਉਹਨੂੰ ਕਿਸੇ ਹੈਗਾ ਆਪਣੇ ਸਾਧੂ ਸੰਤ ਮਹਾਰਾਜ ਨੇ ਜਿੱਦਾਂ ਹੈਗਾ ਉਹਦੇ ਹਵੇ ਅਤੇ ਵਿਚਾਰ ਉਹਨੇ ਦਿੱਤੇ ਹੈਗੇ ਆ, ਖਿਆਲ ਉਹਨੂੰ ਦਿੱਤੇ ਤਾਂ ਉਹ ਵੀ ਕਹਿੰਦੇ ਹੈਗੇ ਉਹਦੇ ਜਿੱਦਾਂ ਹੈਗਾ, ਅਤੇ ਆਸ਼ੀਰਵਾਦ ਨਾਲ ਜਿੱਦਾਂ ਜੇ ਉਹਨਾਂ ਦੇ ਹੈਗੇ ਬਚਨਾਂ 'ਤੇ ਚੱਲ ਕੇ ਜਿਹੜੀ ਹੈਗੀ ਆ, ਕਹਿੰਦੇ ਹਨ ਕਿ ਜੋ ਉਹਨੇ ਵੀ ਆਪਣਾ ਜਿਹੜਾ ਨਾਮ ਭਜਨ ਕਰਕੇ ਜਿਹੜੀ ਹੈਗੀ ਆ ਅਤੇ ਉਹ ਆਪਣਾ ਜੀਵਨ ਸੁਧਾਰ ਲਿਆ। ਅਤੇ ਇੱਕ ਹੋਰ ਸਾਖੀ ਜਿਹੜਾ ਫਨ ਜਿਹੜਾ ਹੈਗਾ ਆਪਣੇ ਸ਼ਿਕਾਰੀ ਸੀਗਾ ਉਹਦਾ ਵੀ ਦੱਸਿਆ ਗਿਆ ਹੈਗਾ, ਅਤੇ ਕਹਿੰਦੇ ਹਨ ਕਿ ਜੇ ਉਹ ਪੰਛੀਆਂ ਨੂੰ ਕਹਿੰਦੇ ਲੱਭਦਾ ਜਿੱਦਾਂ ਆਪਣਾ ਜਾਂ ਸ਼ਿਕਾਰੀ ਦਾ ਕੰਮ ਹੁੰਦਾ ਸ਼ਿਕਾਰ ਫੜ ਕੇ ਲਿਆਉਣਾ, ਅਤੇ ਉਹ ਵੀ ਜਿਹੜੇ ਹੈਗੇ ਆ ਅਤੇ ਉਹਨੂੰ ਵੀ ਕਿਸੇ ਨੂੰ ਚਾਇਆ ਕਿ ਜਿਹੜਾ ਹੈਗਾ ਤੂੰ ਇੱਦਾਂ ਦੇ ਸ਼ਿਕਾਰ ਜਿਹੜੇ ਕਰਦਾ ਹੈਗਾ ਵੀ ਇਹ ਵੀ ਹੈ, ਅਤੇ ਵੀ ਠੀਕ ਇਹਨਾਂ ਵਿੱਚ ਵੀ ਜਿੱਦਾਂ ਹੈਗਾ ਉਹਨੂੰ ਦੱਸਿਆ, ਕਿਉਂਕਿ ਜਿਹੜੇ ਹੈਗੇ ਕਿਸੇ ਨੂੰ ਵੀ ਆਪਾਂ ਜਾਨਵਰ ਨੂੰ ਜੇ ਕਿੱਦਾਂ ਹੈਗਾ ਮਾਰਦੇ ਜਿੱਦਾਂ ਹੈਗੇ ਦੱਸ ਉਹਨਾਂ 'ਚ ਵੀ ਹੈਗੇ ਪ੍ਰਭੂ ਪਰਮਾਤਮਾ ਅਤੇ ਜਿਹੜੇ ਹੈ ਸੰਤ ਮਹਾਂਪੁਰਸ਼ਾਂ ਦੇ ਸਾਰੇ ਇੱਕੋ ਜਿਹੇ ਹੁੰਦੇ ਹਨ ਉਹਨੀ, ਅਤੇ ਕਦੀ ਵੀ ਕਹਿੰਦੇ ਹਨ ਕਿ ਉਹਨਾਂ ਦੇ ਵੀ ਹੈਗੇ ਜੇ ਅਤੇ ਇੱਕੋ ਜਿਹੇ ਹੈਗੇ ਕਿਉਂਕਿ ਉਹਨਾਂ 'ਚ ਵੀ ਜਾਨ ਹੈਗੀ ਆ, ਇਨਸਾਨ ਨੂੰ ਜਿਹੜਾ ਹੈਗਾ ਸਾਰੇ ਆਪਾਂ ਨੂੰ ਇੱਕੋ ਜਿਹੇ ਸਮਝਣ ਚਾਹੀਦੀ ਹੈਗੀ ਆ, ਅਤੇ ਜਿੱਦਾਂ ਕਦੀ ਹੈਗੇ ਉਹਨਾਂ ਦੇ ਵੀ ਜਿੱਦਾਂ ਇੱਥੇ ਆਪਾਂ ਕਈ ਦੇਖਿਆ ਹੈਗਾ ਵੀ ਕੁੱਤੇ ਬਿੱਲੀਆਂ ਵੀ ਕਈ ਹੈਗੇ ਰੱਖੇ ਹੈਗੇ ਜਿੱਦਾਂ ਬਹੁਤ ਉਹਨਾਂ ਨੂੰ ਕਾਸਟਰ ਵੀ ਹੁੰਦੀ ਹੈ, ਕਈ ਵਿਚਾਰੇ ਉੱਦਾਂ ਵੀ ਤੁਰੇ ਫਿਰਦੇ ਹਨ ਜਿੱਦਾਂ ਦੇ ਹੈਗਾ। ਹੁਣੇ ਪਿੱਛੇ ਜੇ ਆਇਆ ਸੀਗਾ ਵੀ ਦੂਸਰੇ ਆਪਣੇ ਇੰਡੀਆ ਵਿੱਚ ਕਹਿੰਦੇ ਹਨ ਕਿ ਉਹ ਬੱਚਿਆਂ ਨੂੰ ਜਿੱਦਾਂ ਹੈਗਾ ਮਾਰੀ ਜਾਂਦੇ ਹਨ, ਸੋ ਫਿਰ ਉਹਨਾਂ ਨੂੰ ਵੀ ਗਾਂਹ ਹੁਣੀ ਹੁਣ ਮਾਰਨਾ ਹੀ ਪੈਣਾ ਹੈਗਾ ਜਿੱਦਾਂ, ਅਤੇ ਉਹਨੇ ਵੀ ਕਹਿੰਦੇ ਫੜ ਕੇ ਜਿੱਦਾਂ ਹੈਗਾ ਅਤੇ ਜਿਹੜੇ ਬਘੇੜੀਏ ਸੀਗੇ ਜੇ ਉਹਨਾਂ ਨੂੰ ਹੈ ਮਾਲ ਹੈ। ਸੋ ਇੱਦਾਂ ਇੱਥੇ ਵੀ ਇੱਕ ਦੋ ਕੇਸਿਸ ਆਏ ਹੈ ਜਿੱਦਾਂ ਕੋਈ ਉਹਨੇ ਕੁੱਤੇ ਰੱਖੇ ਪਰ ਕੁੱਤਿਆਂ ਨੇ ਉਹਨਾਂ ਨੂੰ ਜਿਹੜੇ ਹੈਗੇ ਆ ਸੋ ਜਿੱਦਾਂ ਹੈਗਾ ਕੋਈ ਮਾਰ ਲਿਆ ਹੈਗਾ। ਸੋ ਇਹ ਤਾਂ ਕੁਦਰਤੀ ਹੈਗਾ ਜਿੱਦਾਂ ਹੈਗਾ, ਅਤੇ ਇਨਸਾਨ ਵੀ ਜਿਹੜਾ ਕਈ ਇਨਸਾਨ ਕੋਲੋਂ ਵੀ ਗਲਤੀਆਂ ਹੋ ਜਾਂਦੀਆਂ ਹਨ, ਅਤੇ ਜਿਹੜੇ ਕਈ ਵਾਰੀ ਹੈ ਜਾਨਵਰ ਵੀ ਜਿੱਦਾਂ ਹੈਗਾ ਜਾਂ ਜਿੱਦਾਂ ਉਹ ਪਤਾ ਨਹੀਂ ਉਹਨਾਂ ਦਾ ਕੀ ਹੈਗਾ ਕੀ ਮਸਲਾ ਸੀਗਾ ਜਿੱਦਾਂ ਜਾਂ ਹੈਗਾ ਜਾਂ ਕੋਈ ਦੇਣ ਲੈਣ ਦਾ ਸਮਝੋ ਜਾਂ ਕੋਈ ਦੀ ਲਿਖੀ ਇੱਦਾਂ ਸੀਗੀ ਜਿਹੜੀ ਹੈਗੀ, ਇਸ ਤਰ੍ਹਾਂ ਦੀਆਂ ਘਟਨਾ ਹੋ ਜਾਂਦੀਆਂ ਹਨ। ਸੋ ਹਾਥੀ ਦਾ ਵੀ ਆਉਂਦਾ ਹੈਗਾ ਇਸ ਤਰ੍ਹਾਂ ਦੀ ਵੀ ਕਿਹੜੀ, ਅਤੇ ਉਹਨੇ ਵੀ ਕਹਿੰਦੇ ਹਾਥੀਆਂ ਜਿੱਦਾਂ ਹੈਗਾ ਅਤੇ ਦੋ ਭਰਾ ਸੀਗੇ ਉਹਨਾਂ ਦੇ ਵੀ ਕਹਿੰਦੇ ਹਨ ਕਿ ਜਿੱਦਾਂ ਅਤੇ ਦੋਹਾਂ ਨੂੰ ਗਏ ਹੈਗਾ ਕਹਿੰਦੇ ਸੀਗੇ ਅਤੇ ਦਸ਼ਣਾ ਮਿਲੇ ਸੀ ਕਹਿੰਦੇ ਹਨ ਕਿ ਉਹ ਇੱਕ ਨੂੰ ਕਹਿੰਦਾ ਤੂੰ ਮੈਨੂੰ ਜ਼ਿਆਦਾ ਲੈ ਦਿੱਤੀ ਹੈਗੀ, ਦੂਸਰਾ ਕਹਿੰਦਾ ਘੱਟ ਹੋਈ ਹੈ, ਤਾਂ ਉਹ ਆਪ ਵਿੱਚ ਲੜ ਪਏ ਹੈਗੇ ਇੱਦਾਂ ਹੀ ਜਦੋਂ ਅਤੇ ਲੜਦੇ ਲੜਦੇ ਜਿੱਦਾਂ ਕਿ ਉਸੇ ਇੱਕ ਤੰਦੂਆ ਬਣ ਗਿਆ ਇੱਕ ਹਾਥੀ ਬਣਿਆ ਜਿੱਦਾਂ ਹੈਗਾ, ਅਤੇ ਉਹ ਜਦੋਂ ਉੱਥੇ ਗਿਆ ਦੁਬਾਰਾ ਉਹਨਾਂ ਦਾ ਹਿਸਾਬ ਕਿਤਾਬ ਕਹਿੰਦੇ ਹਨ, ਅਤੇ ਜਿੱਦਾਂ ਹੈਗਾ ਇੱਕ ਦੂਸਰੇ ਨੇ ਜਿਹੜੇ ਜਦੋਂ ਫਿਰ ਕਹਿੰਦੇ ਜਦੋਂ ਕੋਈ ਮੁਸ਼ਕਿਲ 'ਚ ਹੁੰਦਾ ਹੈ ਬੰਦਾ ਉਹ ਫਿਰ ਪ੍ਰਭੂ ਪਰਮਾਤਮਾ ਅੱਗੇ ਬੇਨਤੀਆਂ ਕਰਦਾ ਅਤੇ ਉਹ ਫਿਰ ਕਹਿੰਦੇ ਪ੍ਰਭੂ ਪਰਮਾਤਮਾ ਸੁਣਦਾ ਹੈਗਾ। ਸੋ ਇਹਨਾਂ ਦੀਆਂ ਵੀ ਜਿਹੜੀਆਂ ਬੇਨਤੀਆਂ ਹੈਗੀਆਂ ਕੋਈ ਵੀ ਜਿਹੜੇ ਸਾਰੇ ਆ ਗਲਤੀਆਂ ਹੋ ਗਈਆਂ ਸੀਗੀਆਂ ਇਹਨੀ ਵੀ ਆਪਣੀਆਂ ਪ੍ਰਭੂ ਪਰਮਾਤਮਾ ਅੱਗੇ ਬੇਨਤੀਆਂ ਕੀਤੀਆਂ ਵੀ ਮੈਨੂੰ ਜਿੱਦਾਂ ਹੈਗਾ ਤੰਦੂਆ ਨੂੰ ਹੱਥ ਨੂੰ ਛੱਡਣਾ ਨਹੀਂ ਸੀਗਾ, ਅਤੇ ਦੱਸਿਓ ਉੱਥੇ ਬੇਨਤੀ ਪ੍ਰਭੂ ਪਰਮਾਤਮਾ ਨੇ ਉਹਨਾਂ ਨੇ ਸੁਣੀ ਜਿੱਦਾਂ ਹੈਗਾ, ਅਤੇ ਸਾਰੇ ਜਾਂ ਫਿਰ ਕੋਈ ਲੈਣ ਦੇਣਾ ਪਿਛਲਾ ਲੈਣ ਦੇਣ ਸੀਗਾ। ਸੋ ਇਹ ਆਪਾਂ ਇਹਨਾਂ ਕੇ ਹੈਗਾ ਅਤੇ ਇਹ ਪ੍ਰਭੂ ਪਰਮਾਤਮਾ ਹੀ ਜਾਣਦਾ ਹੈ ਇੱਦਾਂ ਦੀਆਂ ਗੱਲਾਂ ਜਿੱਦਾਂ ਹੈਗਾ ਆਪੋ ਜਿੱਦਾਂ ਹੈਗਾ, ਅਤੇ ਕਹਿੰਦੇ ਹੈਗੇ ਜਿਸ ਨੂੰ ਰੱਖੇ ਅਤੇ ਮਾਰੇ ਕੌਣ ਹੈਗਾ, ਅਤੇ ਜੇ ਕਹਿੰਦੇ ਹੈ ਜਦੋਂ ਵੀ ਕਿਸੇ ਦੀ ਆ ਗਈ ਹੈਗੀ ਆ ਤਾਂ ਫਿਰ ਉਹਨੂੰ ਕੋਈ ਬਚਾ ਨਹੀਂ ਸਕਦਾ ਹੈਗਾ, ਜੋ ਦਿਨ ਆਵੇ ਸੋ ਦਿਨ ਦਿਆਈ ਕਰਨਾ ਕੋਈ ਰਹਿਣ ਸਿੰਘ ਨਾਹੀ, ਸੋ ਸੰਘ ਚਲਤ ਹੈ ਹੰਮੀ ਚੱਲਣਾ ਦੂਰ ਗਵਨ ਸੁਖ ਘੁੰਮਾਉਣਾ, ਕਿਆ ਤੂੰ ਸੋਇਆ ਜਾਗ ਜਾਣਾ ਤੈ ਜੀਵਨ ਜੰਗ ਸੱਚ ਕਰ ਜਾਣਾ। ਸੋ ਜਿਹੜਾ ਹੈਗਾ ਜੀਵਨ ਸਾਰਿਆਂ ਨੇ ਜਿੱਦਾਂ ਹੈਗਾ ਇਹ ਆਪਾਂ ਨੂੰ ਜਾਣਾ ਪੈਣਾ ਹੈਗਾ, ਜਿੱਦਾਂ ਜਿੱਦਾਂ ਵੀ ਆਪਣੀ ਲਿਖੀ ਹੈ ਕੋਈ ਹੈਗਾ
ਕੋਈ ਕਿਸੇ ਨੂੰ ਕੋਈ ਬਿਮਾਰ ਹੋ ਜਾਂਦਾ ਹੈਗਾ, ਕੋਈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਹੈਗਾ, ਅਤੇ ਕੋਈ ਕਿਸ ਤਰ੍ਹਾਂ ਹੈਗਾ ਤਾਂ ਅਸੀਂ ਮਰ ਜਾਂਦਾ, ਜਾਂ ਕੋਈ ਹੈਗਾ ਕਿਸੇ ਦਾ ਹੈਗਾ ਲੜਾਈ ਝਗੜਾ ਹੋ ਜਾਂਦਾ ਹੈਗਾ, ਜਾਂ ਉੱਦਾਂ ਹੀ ਬਿਮਾਰੀ ਦੇ ਨਾਲ ਹੈਗਾ ਚੱਲ ਜਾਂਦੇ, ਆਪਾਂ ਦੇਖ ਰਹੇ ਹੈਗੇ ਹਰ ਰੋਜ਼ ਹੀ ਕੋਈ ਨਾ ਕੋਈ ਜਿੱਦਾਂ ਹੈਗਾ ਕਿਸੇ ਦੀ ਹੈਗੀ ਹੈ ਕਿਸੇ, ਅਤੇ ਕੋਈ ਹੋਰ ਹੀ ਹੈਗਾ ਕਿਸੇ ਨੂੰ ਜਿਹੜਾ ਫੂਡ ਹੈਗਾ ਉਹ ਵੀ ਕਈ ਐਲਰਜੀ ਹੋ ਰਹੀ ਹੈਗੀ ਉਹਦੇ ਨਾਲ ਹੀ ਕਈਆਂ ਦੀਆਂ ਹੈਗੀਆਂ ਨੇ, ਸੋ ਹੈਗੇ ਆ, ਸੋ ਇਹ ਕੁਦਰਤੀ ਜਿਹੜੀਆਂ ਹੈਗੀਆਂ ਇਨਸਾਨ ਹੈਗੇ ਆ ਅਤੇ ਆਪਣੇ ਕਈ ਹੈਗੇ ਕਈ ਗੱਲਾਂ ਜਿਹੜੀਆਂ ਆਪਣੇ, ਅਤੇ ਇਲਾਜ ਵੀ ਇੱਥੇ ਬਹੁਤ ਹਨ ਜਿੱਦਾਂ ਹੈਗਾ, ਪਰ ਕਈ ਜਦੋਂ ਹੈਗਾ ਮੌਤ ਆ ਜਾਂਦੀ ਹੈਗੀ ਆ ਅਤੇ ਬੰਦੇ ਪਤਾ ਨਹੀਂ ਹੈਗਾ ਅਤੇ ਇਹ ਹੈਗਾ, ਅਤੇ ਜਿਸ ਕੋ ਰਾਖੇ ਸਾਈਆਂ ਮਾ ਸਕੇ ਨਾ ਕੋਈ ਇਹ ਨਹੀਂ ਹੈਗਾ ਅਤੇ ਜਿੱਦਾਂ ਹੈਗਾ, ਅਤੇ ਸੋ ਪ੍ਰਭੂ ਪਰਮਾਤਮਾ ਕਹਿੰਦੇ ਹੈਗੇ ਆ ਸਾਰਾ ਕੁਝ ਉਹੀ ਜਾਣਦਾ ਹੈਗਾ, ਅਤੇ ਸਾਧ ਸੰਗਤ ਜੀ ਆਪਾਂ ਵੀ ਸਾਰਿਆਂ ਨੇ ਦੇਖਿਆ ਹੈਗੇ ਆਪਣੇ ਵੀ ਜਿੱਦਾਂ ਹੈਗਾ ਕੋਈ ਨਾ ਕੋਈ ਆਪਣੀ ਜਿੰਨੇ ਵੀ ਕੋਈ ਨਾ ਕੋਈ ਘਰ ਦੇ ਵਿੱਚ ਕੋਈ ਦੁਖੀ ਹੈਗਾ ਜਾਂ ਕੋਈ ਹੈਗਾ ਚਲਾ ਗਿਆ ਹੈਗਾ ਜਿੱਦਾਂ ਵਿਛੋੜਾ ਹੈਗਾ ਅਤੇ ਕਿੱਦਾਂ ਹੈਗਾ, ਸੋ ਜਿੰਨਾ ਵੀ ਹੈਗਾ ਆਪਾਂ ਨੂੰ ਵੀ ਇਹ ਟਾਈਮ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਦੁੱਖ ਸੁੱਖ ਦੇ ਨਾਲ ਹੀ ਆਪਾਂ ਨੂੰ ਜੀਵਨ ਬਤੀਤ ਕਰਨਾ ਪੈਣਾ ਹੈਗਾ, ਸੋ ਠੀਕ ਹੈਗਾ ਬੇਗਮਪੁਰਾ ਪਰਿਵਾਰ ਦੇ ਵਿੱਚ ਜਿਹੜੇ ਦੁੱਖ ਸੁੱਖ ਆਪਾਂ ਨੂੰ ਇਹੀ ਚੱਲਣੇ ਪੈਣੇ ਹੈਗੇ ਆ, ਨਾਲ ਜਿੱਦਾਂ ਇਹਦੇ ਨਾਲ ਹੀ ਆਪਾਂ ਨੂੰ ਹੈਗਾ ਸ਼ਕਤੀ ਮਿਲਦੀ ਹੈਗੀ ਆ, ਸੋ ਇਹੀ ਜਿਹੜਾ ਪ੍ਰੋਗਰਾਮ ਨੇ ਆਪਾਂ ਹੈਗਾ ਇਹ ਪ੍ਰਭੂ ਪਰਮਾਤਮਾ ਦਾ ਆਸ਼ੀਰਵਾਦ ਹੀ ਲੈਣ ਆਏ ਹੈਗੇ ਜਿੱਦਾਂ ਹੈਗਾ, ਅਤੇ ਉਹਦਾ ਆਸ਼ੀਰਵਾਦ ਲੈਣਾ ਹੈਗਾ ਜਿੱਥੇ ਤੂੰ ਰੱਖਿਆ ਉਹਨੂੰ ਸਾਨਾ ਪੈਣਾ ਹੈਗਾ ਜਿੱਦਾਂ, ਸੋ ਪ੍ਰਭੂ ਪਰਮਾਤਮਾ ਅੱਗੇ ਇਹ ਬੇਨਤੀਆਂ ਕਰਦੇ ਤੂੰ ਸਾਰਿਆਂ 'ਤੇ ਮਿਹਰ ਪੈਦਾ ਰੱਖੇ ਜਿੱਦਾਂ ਹੈਗਾ, ਸੋ ਅਗਲਾ ਸ਼ਬਦ ਮਨਮਾ ਹੈਗਾ 92ਵਾਂ, ਕਹਿੰਦੇ ਹਨ ਕਿ ਰੇ ਮਨ ਰਾਮ ਨਾਮ ਸਵਾਰ ਮਾਇਆ ਕੇ ਪਰਮ ਕਹਾਂ ਭੁੱਲੋ ਜਾਏਗੇ ਕਰ ਚਾਰ ਠੇਕ, ਦੇਖ ਤੋਂ ਇਹ ਕੌਣ ਤੇਰਾ ਸਗਾ ਸੁਤਨੇ ਸਾਰ, ਤੋਰ ਤੰਗ ਸਭ ਦੂਰ ਕਰੇ ਦੇਗੇ ਤਨ ਯਾਰ, ਪ੍ਰਾਣ ਗਏ ਹੈ ਕਹੋ ਕੌਣ ਤੇਰਾ ਦੋਖ ਸੋਚ ਵਿਚਾਰ, ਬਹੁਰ ਜੇ ਕਲ ਕੇ ਮਾਹੀ ਜੀਤ ਪਾਵੇ ਹਾਰ, ਜੈ ਮਹਾਂ ਸਭ ਥੋਥਰੀ ਨੇ ਭਗਤ ਕੋ ਪਦ ਪਾਰ, ਕਹਿ ਰਵਿਦਾਸ ਸਤ ਬਚਨ ਗੁਰ ਕੇ ਸੋ ਨਾ ਜੀਤ ਇਫਸਾਰ, ਕਹਿ ਰਵਿਦਾਸ ਸਤ ਬਚਨ ਗੁਰ ਕੇ ਸੋ ਨਾ ਜੀਤ ਇਫਸਾਰ, ਅਤੇ ਇਹਦੇ ਵਿੱਚ ਵੀ ਪ੍ਰਭੂ ਪਰਮਾਤਮਾ ਦੇ ਨਾਲ ਕਹਿੰਦੇ ਹਨ ਆਪਣੇ ਵੀ ਪ੍ਰਭੂ ਪਰਮਾਤਮਾ ਨੂੰ ਆਪਣਾ ਹਿਰਦੇ ਵੀ ਵਸਾਵਾਂਗੇ ਅਤੇ ਤਾਂ ਹੀ ਜਿਹੜੇ ਹੈਗੇ ਆਪਣੇ ਕਿ ਕਿਉਂਕਿ ਜਿਹੜੀ ਬਾਣੀ ਹੈਗੀ ਉਹਨੂੰ ਆਪਾਂ ਹਿਰਦੇ ਵਿੱਚ ਵਸਾਉਣਾ ਪੜ੍ਹਨਾ ਹੈਗਾ ਸੁਣਨਾ ਜਿੱਦਾਂ ਜੀ ਤਾਂ ਹੀ ਜਿੱਦਾਂ ਕੋਈ ਵੀ ਹੈਗੀ ਆ ਅਤੇ ਸੱਚੀ ਫਿਰ ਉਹਦੀ ਜੇ ਭਗਤੀ ਜੇ ਆਪਾਂ ਹੈਗਾ ਉਸ ਅਤੇ ਚੱਲਣੇ ਦੀ ਕੋਸ਼ਿਸ਼ ਕਰਨੀ ਹੈਗੀ ਆ ਅਤੇ ਫਿਰ ਹੀ ਜਿਹੜੀ ਆਪਣੀ ਝੂਠੀ ਮਾਇਆ ਤੋਂ ਆਪਾਂ ਜਿਹੜੇ ਬਚ ਸਕਦੇ ਹੈਗੇ ਇਸ ਸ਼ਬਦ 'ਚ ਇਹੀ ਦੱਸਿਆ ਗਿਆ ਹੈਗਾ। ਅਤੇ ਕਹਿੰਦੇ ਹਨ ਕਿ ਰੇ ਮਨ ਰਾਮ ਨਾਮ ਸਵਾਰ ਮਾਇਆ ਕੇ ਭਰਮ ਕਹਾਂ ਭੁੱਲੇ ਕੇ ਜਾਏਗਾ ਕਾਚਾ ਟੇਕ, ਕਹਿੰਦੇ ਕਿ ਹੇ ਮਨ ਭਾਈ ਤੂੰ ਆਪਣੇ ਮਨ ਵਿੱਚ ਹੇ ਭਾਈ ਆਪਣੇ ਮਨ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਨੂੰ ਸੰਭਾਲ, ਕਹਿੰਦੇ ਹਨ ਪ੍ਰਭ ਨੂੰ ਯਾਦ ਕਰ, ਜੇਕਰ ਕਹਿੰਦੇ ਪ੍ਰਭੂ ਦਾ ਨਾਮ ਨਹੀਂ ਜਪਾਂਗੇ ਤਾਂ ਮਾਇਆ ਦੇ ਭਰਮ ਵਿੱਚ ਲੱਗ ਕੇ ਫਿਰ ਤਾਂ ਇੱਧਰ ਉੱਧਰ ਜਿਹੜਾ ਹੈਗਾ ਤੂੰ ਖਾਲੀ ਹੱਥੇ ਜਾਊਂਗਾ, ਸੋ ਅਸਲੀ ਧੰਨ ਜਿਹੜਾ ਹੈਗਾ ਪ੍ਰਭੂ ਪਰਮਾਤਮਾ ਦਾ ਨਾਮ ਹੀ ਹੈਗਾ ਇਹ ਨਾਲ ਜਾਣਾ ਹੈਗਾ ਆ, ਬਾਕੀ ਤਾਂ ਸਾਰਾ ਕੁਝ ਇੱਥੇ ਜੋ ਕੁਝ ਜਿੰਨਾ ਮਰਜ਼ੀ ਹੋਵੇ ਰੱਖਾਂ ਕਰੋੜਾਂ ਹੋਣ ਜੋ ਵੀ ਹੈਗਾ ਧੰਨ ਜੋ ਵੀ ਹੈਗਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈਗਾ, ਸਿਰਫ ਇੱਕ ਚੀਜ਼ ਨਾਲ ਜਾਣੀ ਹੈਗੀ ਤਾਂ ਉਹ, ਸੋ ਅੱਗੇ ਵੀ ਇਹ ਫਰਮਾਉਂਦੇ ਹਨ ਕਿ ਦੇਖ ਤੋਂ ਇਹ ਕੌਣ ਤੇਰਾ ਸਗਾ ਸੁਤਨੇ ਸਾਰ, ਤੋੜ ਤੰਗ ਸਭ ਦੂਰ ਕਰੇਂਗੇ ਦੇਂਗੇ ਤਨ ਯਾਰ, ਕਹਿੰਦੇ ਵੀ ਦੇਖ ਕਹਿੰਦੇ ਵੇਖ ਤੂੰ ਕਹਿੰਦੇ ਆਪਾਂ ਸਾਰੇ ਜਾਣਦੇ ਕਹਿੰਦੇ ਸੰਸਾਰ ਵਿੱਚ ਕੌਣ ਤੇਰਾ ਆਪਣਾ ਹੈਗਾ, ਆਪਾਂ ਕਹਿ ਦਿੰਦੇ ਮੇਰਾ ਹੈਗਾ ਧੀ ਪੁੱਤ ਆਹ ਹੈਗਾ ਸਾਰਾ ਕੁਝ ਹੈਗਾ ਮਾਈ ਬਾਪ ਭਰਾ ਭੈਣ ਕੋਈ ਵੀ ਹੈ ਸਾਰੇ ਹੈਗੇ ਆ, ਤੇਰਾ ਕਹਿੰਦੇ ਕੀ ਹੈਗਾ ਅਤੇ ਕਹਿੰਦੇ ਹੈਗੇ ਇੱਥੋਂ ਕਿ ਤੱਕ ਤੇਰਾ ਪੁੱਤਰ ਅਤੇ ਇਸਤਰੀ ਵੀ ਕਹਿੰਦੇ ਤੇਰੇ ਜਿਹੜੇ ਅੰਤ ਵੇਲੇ ਕੋਈ ਨਹੀਂ ਸਹਾਈ ਹੋਊਗਾ ਆਪਾਂ ਹੈਗਾ,
ਤੇਰੇ ਸਾਰੇ ਇਹ ਸੰਗੀ ਸਾਥੀ ਤੇਰੋਂ ਮਰਨ ਕਹਿੰਦੇ ਹੈਗੇ, ਨਾਲੋਂ ਕਹਿੰਦੇ ਸੰਬੰਧ ਤੋੜ ਲੈਣਗੇ। ਕਿਉਂਕਿ ਜਦੋਂ ਬੰਦਾ ਇਨਸਾਨ ਮਰ ਜਾਂਦਾ ਹੈਗਾ ਤਾਂ ਉਹਦੀ ਜਿਹੜੀ ਬੋਡੀ ਕੋਈ ਕੰਮ ਨਹੀਂ, ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਹੈਗਾ। ਜਦ ਤਾਂ ਹੀ ਆਪਣੇ 'ਚ ਹੈਗਾ ਆਪਾਂ ਵੀ ਦੌੜ ਭੱਜ ਹੈ ਕਰ ਲਈ, ਆਹ ਵੀ ਕਰ ਲਈ, ਆਹ ਵੀ ਹੈਗੀ ਆ, ਅਤੇ ਉਦੋਂ ਤਾਂ ਹੀ ਹੁੰਦਾ ਹੈਗਾ। ਜਦੋਂ ਫਿਰ ਬੰਦਾ ਹੈਗਾ ਫਿਰ ਉਹ ਕਿਸੇ ਕੰਮ ਦਾ ਨਹੀਂ, ਉਹਨੂੰ ਚਾਹੇ ਜਿੱਦਾਂ ਮਰਜ਼ੀ ਕੱਟ ਵੱਢ ਦਿਓ, ਲਾ ਸਾੜ ਦਿਓ, ਦਫਨਾ ਦਿਓ, ਜਿੱਦਾਂ ਹੈਗਾ। ਅਤੇ ਕਿਉਂਕਿ ਕੋਈ ਉਹਦੇ ਕਿਸੇ ਕੰਮ ਨਹੀਂ ਗਾ ਹੈ, ਕਿਸੇ ਦੇ ਵੀ ਕੋਈ ਕੰਮ ਨਹੀਂ ਗਾ ਹੈਗਾ। ਅਤੇ ਇਸ ਕਰਕੇ ਕਹਿੰਦੇ ਹੈਗੇ ਬੋਡੀ ਵੀ ਜਿਹੜੀ ਹੈਗੀ ਆ ਅਤੇ ਉਹ ਵੀ ਰੱਖੇ, ਅਤੇ ਆਪਣੇ ਵੀ ਜਿੱਦਾਂ ਕਹਿੰਦੇ ਵੀ ਸਮੈਲ ਆਉਣ ਲੱਗ ਪਏ ਨਹੀਂ, ਜਿੱਦਾਂ ਹੈਗਾ ਸਾਰੇ ਜਾਂ ਕਹਿੰਦੇ ਹੈਗਾ ਇਹਨਾਂ ਹੈਗਾ ਵੀ ਤੂਤ ਬਣ ਗਿਆ ਹੈਗਾ, ਸਾਰੇ ਕਹਿੰਦੇ ਉਹ ਜਿਹੜੇ ਰਿਸ਼ਤੇ ਨਾਤੇ ਸਾਰੇ ਹੈਗੇ ਆ ਟੁੱਟ ਜਾਂਦੇ ਹਨ। ਸੋ ਇਹ ਆਪਾਂ ਸਾਰਿਆਂ ਨੇ ਦੇਖਿਆ, ਕਿਉਂਕਿ ਆਪਣੇ ਸਾਰਿਆਂ ਦੀ ਜ਼ਿੰਦਗੀ ਵਿੱਚ ਇਹ ਹੈਪਨ ਹੋ ਚੁੱਕੇ ਹੋਣ, ਔਰ ਗਾਂਹ ਵੀ ਜਿਹੜਾ ਸੰਸਾਰ ਹੈਗਾ ਇੱਦਾਂ ਅੱਗੇ ਵੀ ਚੱਲਦਾ, ਇੱਦਾਂ ਹੀ ਚੱਲਦਾ ਰਹਿਣਾ ਹੈਗਾ। ਸੋ ਇਸ ਕਰਕੇ ਪ੍ਰਭੂ ਪਰਮਾਤਮਾ ਦੀ ਬਾਣੀ ਆਪਾਂ ਨੂੰ ਸਮਝਾਉਂਦੀ ਹੈਗੀ ਜਿਹੜੀ ਅਸਲੀ ਚੀਜ਼ ਹੈਗੀ ਆ। ਠੀਕ ਹੈ, ਆਪਾਂ ਨੂੰ ਜਿਹੜੀ ਆਪਣੇ ਜੀਵਨ ਦੇ ਵਿੱਚ ਜਿਹੜੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ, ਅਤੇ ਜੇ ਆਪਾਂ ਜ਼ਿੰਮੇਵਾਰੀਆਂ ਨਹੀਂ ਨਿਭਾਵਾਂਗੇ ਫਿਰ ਆਪਣਾ ਵੀ ਜਿਹੜਾ ਹੁੰਦਾ ਵੀ ਨੇ। ਅਤੇ ਜਿੰਨੇ ਮਹਾਂਪੁਰਸ਼ ਹੋਏ ਹਨ ਉਹਨੇ ਵੀ ਗ੍ਰਹਿਸਥੀ ਜੀਵਨ ਵਿੱਚ ਆਪਣੇ ਜਿਹੜੇ ਕੰਮ ਕਾਰ ਕੀਤੇ ਹਨ, ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਨਾਲ ਨਾਲ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਹੈਗਾ। ਇਹ ਜਿਹੜਾ ਉਹਨਾਂ ਦਾ ਉਪਦੇਸ਼ ਆਪਾਂ ਨੂੰ ਵੀ ਇਹੀ ਕਹਿੰਦੇ ਹਨ ਕਿ ਅਤੇ ਕਹਿੰਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਜਿੰਨਾ ਭੇਜੇ ਤੂੰ ਹੈਗਾ ਤੂੰ ਤੇਰੀ ਵੀ ਜਿਹੜੀ ਉਮਰ ਹੈਗੀ ਆ ਕੰਮ ਕਰਕੇ ਉਹ ਬਚਪਨ ਬੱਚਾ ਜਿਹੜਾ ਹੈਗਾ ਉਹ ਖੇਡਦਾ ਹੈਗਾ ਜਵਾਨੀ ਦੇ ਵਿੱਚ, ਚਲੋ ਉਹਦੀ ਵਿਵਸਥਾ ਹੁੰਦੀ ਹੈਗੀ ਹੈ, ਦੱਸ ਹੁਣ ਕੰਮ ਕਾਰ ਕਰਨੇ ਹੁੰਦੇ ਜਿੱਦਾਂ ਹੈਗਾ, ਜਿਵੇਂ ਵਿਆਹ ਸ਼ਾਦੀ ਹੋਇਆ ਨਿਆਣੇ ਹੋ ਜਾਂਦੇ ਹੈ ਬੱਚੇ ਉਹਦੀ, ਅਤੇ ਜਿਹੜਾ ਹੈਗਾ ਉਹਨਾਂ ਦੀ ਜ਼ਿੰਮੇਵਾਰੀ ਸਾਡੀ ਨਿਭਾਲਣੀ ਹੁੰਦੀ, ਜਾਂ ਫਿਰ ਬੁੱਢੇ ਮਾਂ ਬਾਪ ਦੀ ਵੀ ਸੇਵਾ ਕਰਨੀ ਹੁੰਦੀ ਹੈਗੀ ਆ। ਕਿਉਂਕਿ ਪਹਿਲਾਂ ਮਾਂ ਬਾਪ ਜੇ ਬੱਚਿਆਂ ਨੂੰ ਲੁਕਾਫਟ ਕਰਦੇ ਹਨ ਅਤੇ ਫਿਰ ਜਿਹੜੇ ਹੈਗੇ ਆ ਬੱਚੇ ਉਹਨਾਂ ਦਾ ਵੀ ਫਰਜ਼ ਬਣਦਾ ਹੈਗਾ ਮਾਂ ਬਾਪ ਦੀ ਲੁਕਾਫਟ ਕਰਨ। ਇਹ ਜਿਹੜੇ ਆਪਣੇ ਫਰਜ਼ ਹੈ ਸਾਰੇ ਹਨ ਅਤੇ ਇਹ ਨਿਭਾਉਣੇ ਚਾਹੀਦੇ ਹਨ। ਜੇ ਕੋਈ ਆਪਣੇ ਹੈਗਾ ਕੋਈ ਆਂਢੀ ਗੁਆਂਢੀ ਹੈਗਾ ਜਿਹੜਾ ਵਿਚਾਰਾ ਕੋਈ ਆਪਣੇ ਨਾਲੋਂ ਗਰੀਬ ਜਾਂ ਉਹ ਹੈਗਾ ਭੁੱਖਾ ਹੈਗਾ ਜਾਂ ਨਸ਼ਾ ਜਾਂ ਕਿਸੇ ਕਿਸਮ ਦੀ ਕੋਈ ਵੀ ਹੈਲਪ ਹੈਗੀ ਆ ਉਹਦੀ ਵੀ ਹੈਲਪ ਕਰ ਦਿਓ, ਤਾਂ ਵੀ ਇਹਦੇ ਵਿੱਚ ਜਿਹੜੀ ਹੈਗੀ ਆ ਇਹ ਜਿਹੜੀ ਇਨਸਾਨੀਅਤ ਇਹੀ ਅਸਲੀ ਇਨਸਾਨੀਅਤ ਹੈਗੀ ਆ। ਸੋ ਬਾਣੀ ਜਿਹੜੀ ਆਪਾਂ ਨੂੰ ਇਹ ਇੱਦਾਂ ਦੀ ਗੱਲਾਂ ਹੈਗੀਆਂ ਸਮਝਾਉਣਾ ਕਰਦੀ ਹੈਗੀ ਆ, ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕਰਦੀ ਹੈਗੀ ਆ। ਅਤੇ ਫਰਮਾਉਂਦੇ ਹਨ ਕਿ ਪ੍ਰਾਣ ਗਏ ਕਹੋਂ ਤੇਨ ਤੇਰਾ ਸੋਖ ਸੋ ਵਿਚਾਰ ਬੋਹਰ ਜੇ ਕਲ ਕਲ ਮਾਹੀ ਜੀਤ ਪਾਵੇ ਹਾਰ। ਇਹ ਭਾਈ ਕਹਿੰਦੇ ਕਹਿੰਦੇ ਅਸ ਆਪਣੀ ਕਹਿੰਦੇ ਆਪਣੇ ਗੱਲ ਦੀ ਸੋਚ ਵਿਚਾਰ ਕਰਕੇ ਦੇਖ, ਕਹਿੰਦੇ ਆਪਣੇ ਤਿਆਗ ਦੇ ਦਿੱਤੇ ਫਿਰ ਉਸ ਗੱਲ ਕਹੀਂ ਨਹੀਂ ਜਾਣਾ ਹੈਗਾ। ਸੋ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਕੋਈ ਆਪਣੇ ਨਾਲ ਨਹੀਂ ਆਇਆ ਨਾ ਕਿਸੇ ਨੇ ਜਾਣਾ ਹੈਗਾ ਆ, ਅਤੇ ਕਹਿੰਦੇ ਹੋਰ ਜੇ ਕੋਈ ਜਾਣਾ ਹੈਗਾ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਾਣਾ ਹੈਗਾ। ਸੋ ਜੇ ਇਹਦੇ ਵਿੱਚ ਕੋਈ ਆਪਾਂ ਕੋਈ ਵੀ ਕਹਿ ਨਹੀਂ ਸਕਦਾ ਇਹ ਵੀ ਹੈਗੀ ਆ ਕੋਈ ਇਹਦੇ ਵਿੱਚ ਕੋਈ ਵੀ ਝੂਠ ਹੈਗਾ, ਸੋ ਇਹ ਸੱਚਾਈ ਹੈਗੀ ਆ ਸਾਧਸੰਗ ਜੀ, ਨਾ ਕੋਲ ਆਪਾਂ ਕੋਈ ਲੈ ਕੇ ਆਏ ਹਾਂ ਨਾ ਕੋਈ ਲੈ ਕੇ ਜਾਣਾ ਹੈਗਾ। ਅਤੇ ਜਦੋਂ ਇਨਸਾਨ ਆਪਣੇ ਪ੍ਰਾਣ ਨਿਕਲ ਗਏ ਫਿਰ ਉਹਨੂੰ ਜਿੱਥੇ ਮਰਜ਼ੀ ਹੈਗਾ ਅਤੇ ਕੋਈ ਵੀ ਜਿਹੜਾ ਹੈਗਾ ਅਤੇ ਸਾਰੇ ਹੈਗੇ ਅਤੇ ਨਾਤੇ ਰਿਸ਼ਤੇ ਨਾਲ ਟੁੱਟ ਜਾਂਦੇ ਹਨ। ਅਤੇ ਹੁਣ ਕਹਿੰਦੇ ਹਨ ਕਿ ਇਹ ਕਿ ਹੈਗੇ ਆ ਦਾਸੀ ਜੇ ਪ੍ਰਭੂ ਪਰਮਾਤਮਾ ਕਹਿੰਦੇ ਹਨ ਕਿ ਜੇ ਤੂੰ ਹੈਗਾ ਆਪਣਾ ਹੈਗਾ ਅਤੇ ਹਜੇ ਵੀ ਕਹਿੰਦੇ ਜੇ ਕੋ ਟਾਈਮ ਹੈਗਾ ਜਿੱਦਾਂ ਤੂੰ ਇਹ ਜਿਹੜੀ ਆਪਣੇ ਆਪ ਨੂੰ ਸਮਝਾ ਲਾ ਅਤੇ ਜਿੱਦਾਂ ਹੈਗਾ ਨਾ ਠੀਕ ਹੈ ਆਪਣਾ ਤੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਵੀ ਜੁੜ। ਅੱਗੇ ਫਰਮਾਉਂਦੇ ਜੇ ਮਾਇਆ ਸਭ ਥੋਥਰੀ ਨੇ ਭਗਤ ਕੋ ਪਤਪਾਰ ਕਹਿ ਰਵਦਾਸ ਸਤ ਬਚਨ ਗੁਰ ਕੇ ਸੋ ਨਾ ਜੀਤ ਅਵਸਾਰ। ਕਹਿੰਦੇ ਹਨ ਕਿ ਕਹਿ ਰਵਦਾਸ ਸਤ ਬਚਨ ਗੁਰ ਕੇ ਸੋ ਨਾ ਜੀ, ਕਹਿੰਦੇ ਪ੍ਰਭੂ ਦੇ ਨਾਮ ਕਹਿੰਦੇ ਹੈਗੇ ਸੰਸਾਰ ਦੀ ਮਾਇਆ ਜਿਹੜੀ ਹੈਗੀ ਸਭ ਝੂਠੀ ਹੈਗੀ ਆ, ਪ੍ਰਭੂ ਦੀ ਪ੍ਰੇਮਾ ਭਗਤੀ ਕਹਿੰਦੇ ਆਪਣੇ ਹਿਰਦੇ ਵਿਸਾਲਾ। ਅੰਤ ਵਿੱਚ ਵੀ ਇਹ ਕਹਿੰਦੇ ਹਨ ਕਿ ਕਥਨ ਕਰਦੇ ਕਿ ਅਖੀਰ
ਪ੍ਰਭ ਨੂੰ ਮਨਾਉਣ ਵਾਲੇ ਕਹਿੰਦੇ ਹੈ ਗੁਰੂ ਚਰਨਾਂ ਦੇ, ਉਹਨੂੰ ਨਾ ਭੁਲਾ ਕੇ ਸੰਤ ਮਹਾਂਪੁਰਸ਼ ਕਹਿੰਦੇ ਜਿਹੜੇ ਪ੍ਰਭੂ ਪਰਮਾਤਮਾ ਨਾਲ ਮੇਲ ਕਰਾਉਂਦੇ ਹਨ, ਉਹਨਾਂ ਨੂੰ ਵੀ ਆਪਾਂ ਨਾ ਕਦੀ ਭੁਲਾਈਏ, ਉਹਨਾਂ ਦੇ ਚਰਨ ਵਿੱਚ ਜਾ ਕੇ ਉਹਨਾਂ ਦੇ ਬਚਨ ਸੁਣ ਕੇ ਅਤੇ ਜਿਹੜੇ ਹੈਗੇ ਆ ਚਲੋ ਆਪਣਾ ਜੀਵਨ ਜਿਹੜਾ ਹੈਗਾ ਸਫਲ ਕਰ ਸਕੀਏ। ਸੋ ਸਾਧ ਸੰਗਤ ਜੀ ਇਹਨਾਂ ਜਿਹੜੀ ਅਤੇ ਸ਼ਬਦਾਂ ਨਾਲ ਮੈਂ ਜੇ ਆਪ ਕੋਲੋਂ ਵੀ ਹਾਂਜੀ ਮਾਫੀ ਚਾਹੁੰਦਾ ਹਾਂ, ਖਿਮਾ ਚਾਹੁੰਦਾ ਹੈਗਾ ਜੇ ਕੋਈ ਗਲਤੀਆਂ ਹੋ ਗਈਆਂ ਹੋਣ ਤਾਂ, ਅਤੇ ਕਿਉਂਕਿ ਜਿਹੜੀ ਬਾਣੀ ਹੈਗੀ ਆਪਾਂ ਜਿਹੜੀ ਹੈਗੀ ਆ ਸੋਚ ਤੋਂ ਜਿਹੜੀ ਹੈਗੀ ਆ, ਅਤੇ ਜਿੰਨਾ ਵੀ ਮੈਂ ਹੈਗੇ ਮਹਾਂਪੁਰਸ਼ਾਂ ਦੇ ਬਚਨ ਜੇ ਹੋਈ ਆ ਆਪਣੇ ਨਾਲ ਸਾਂਝੀ ਕਰਦਾ ਹਾਂ, ਫਿਰ ਵੀ ਜਿਹੜੀਆਂ ਹੈਗੀਆਂ ਅਤੇ ਗਲਤੀਆਂ ਹੋ ਜਾਂਦੀਆਂ ਹੈਗੀਆਂ। ਸੋ ਇੱਕ ਵਾਰੀ ਫਿਰ ਆਪ ਜੀ ਕੋਲ ਮਾਫੀ ਚਾਹੁੰਦਾ ਹਾਂ, ਅਤੇ ਮੈਂ ਹੁਣ ਜੇ ਸਮਾਪਤੀ ਆਪਣੇ ਆਰਤੀ ਨਾਲ ਕਰਦਾ ਹਾਂ ਜੀ। ਨਾਮ ਤੇਰੋ ਆਰਤੀ ਹਿਮਜਨੁ ਮੁਰਾਰੇ, ਨਾਮ ਤੇਰੋ ਆਰਤੀ ਹਿਮਜਨੁ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਨਾਮ ਤੇਰੋ ਆਸਨੋ ਨਾਮ ਤੇਰੋ ਦੁਸਾ, ਨਾਮ ਤੇਰਾ ਆਸਨੋ ਨਾਮ ਤੇਰੋ ਨਾਮ ਤੇਰਾ ਕੇਸਰੋ ਲੈ ਸ਼ਤਕਾਰੇ, ਨਾਮ ਤੇਰਾ ਕੇਸਰੋ ਲੈ ਸ਼ਤਕਾਰੇ, ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦਨੋ, ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦਨ, ਕਸ ਜਪੇ ਨਾਮ ਲੈ ਤੁਝ ਕੋ ਚਾਰੇ, ਕਸ ਜਪੇ ਨਾਮ ਲੈ ਤੁਝ ਕੋ ਚਾਰੇ, ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ, ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਮਹਿ ਪਸਾਰੇ, ਨਾਮ ਤੇਰੋ ਤੇਲ ਮਹਿ ਪਸਾਰੇ, ਨਾਮ ਤੇਰੇ ਕੀ ਜੋਤ ਲਗਾਈ, ਨਾਮ ਤੇਰੇ ਕੀ ਜੋਤ ਲਗਾਈ, ਪਇਓ ਜਿਆਰੋ ਪਵਨ ਸੰਗਲਾਰੇ, ਪਇਓ ਜਿਆਰੋ ਪਵਨ ਸੰਗਲਾ, ਨਾਮ ਤੇਰੋ ਤਾਗਾ ਨਾ ਫੁੱਲ ਮਾਲਾ, ਨਾਮ ਤੇਰੋ ਤਾਗਾ ਨਾ ਫੁੱਲ ਮਾਲਾ, ਪਾਰ ਠਾਰਾ ਸਗਲ ਜਥਾਰੇ, ਪਾਰ ਠਾਰਾ ਸਗਲ ਜਥਾਰੇ, ਤੇਰੋ ਕੀ ਤੁਝੇ ਕਿਆ ਯਾਰ ਪੋ, ਤੇਰੋ ਕੀ ਤੁਝੇ ਕਿਆ ਯਾਰ ਪੋ, ਨਾਮ ਤੇਰਾ ਤੂੰ ਹੀ ਚਵਲ ਟਲਾਰੇ, ਨਾਮ ਤੇਰਾ ਤੂੰ ਟਲਾਰੇ, ਦਸ ਅੱਠ ਅੱਠ ਸੱਠੇ ਚਾਰੇ ਖਾਣੀ, ਦਸ ਅੱਠ ਅੱਠ ਸੱਠੇ ਚਾਰੇ ਖਾਣੀ, ਇਹ ਬਾਰ ਹੈ ਸਗਲ ਸੰਸਾਰੇ, ਇਹ ਬਰਤਨ ਹੈ ਸਗਲ ਸੰਸਾਰ, ਕਹਿ ਰਵਦਾਸ ਨਾਮ ਤੇਰੋ ਆਰਤੀ, ਕਹਿ ਰਵਦਾਸ ਨਾਮ ਤੇਰੋ ਆਰਤੀ, ਸਤ ਨਾਮ ਹੈ ਹਰ ਭੋਗ ਤੁਹਾਰੇ, ਸਤ ਨਾਮ ਹੈ ਹਰ ਭੋਗ ਤੁਹਾਰੇ। ਸੋ ਸਾਧ ਸੰਗਤ ਜੀ ਜੈ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਜੈ ਗੁਰੂ ਜੈ ਭੀਮ ਜੈ ਇਨਸਾਨ ਜੈ ਵਾਲਮੀਕੀ ਜੀ, ਨਮਸਤੇ ਠੂ।